गलत जवाब। अरमान जी तुसी स्पीड फड़ो थोड़ी फड़नी पैनी हूं तो लगता हुणे फट्टे चक रहे ने तुहाडे तो तेज चाहे बस टोटी क्यों ना जावे अज तो हुण हाथ नहीं चकना। हां बस श्योर हूं उच्ची बोलो पहला ना मैनू सुने ही नहीं। सरहंद संगरूर नहीं नहीं सरहंद सरहंद। सत श्री अकाल जी टाइम टाइम की गल विच तुहाडा सारयां दा स्वागत है। मैं हाजिर हाँ जी एक बार फिर तो तुहाडे लई कैंट शो लैके क्योंकि अज का जिहड़ा एपीसोड है वह बहुत ही ज़्यादा इंट्रस्टिंग होने वाला है क्योंकि अज के साडे शो च जिहड़े गैसट पहुँचे ने बई एक तो उन्होंने इन्ने सोहने ते क्यूट ने ते उह अज दे पंजाब दे लेटेस्ट क्रश चल रहे हैं। जिन्ने सोहने ते क्यूट वो आप ने उन्नी ही सोहनी उन्हां दी आवाज़ है ते दूसरे ने ओह जिन्हां ने अपनी बुलंद आवाज़ दे नाल पूरी पंजाबी म्यूजिक इंडस्ट्री च भरथू पा रखिया। सो ज़्यादा देरी ना करते हुए मैं इनवाइट करन जा रही हाँ जी साडे अज दे गैसट। सो प्लीज़ वेलकम परी पंदेर एंड अरमान ढिल्लों। सत श्री अकाल जी की हाल चाल ने तुहाडे? वधिया जी वधिया। तैयारी करके आए हो तुसीं? पूरी पूरी करके आए जी। अच्छा की तैयारी की है तुसीं? क्या पूरी पूरी की है? की तैयारी की है? ਦੇਖਿਆ ਤੁਹਾਡੇ ਇੰਟਰਵਿਊ ਤੇ ਤੁਸੀਂ ਅਰਮਾਨ ਜੀ ਬਸ ਪੁਰਾਣੇ ਸ਼ੋਅ ਦੇਖੇ ਤੁਹਾਡੇ ਸਾਰੇ ਠੀਕ ਹੈ ਤੁਹਾਨੂੰ ਲੱਗਦਾ ਕਿ ਫੱਟੇ ਚੱਕ ਪਾਉਂਗੇ ਅੱਜ ਦੇ ਐਪੀਸੋਡ 'ਚ? ਪੂਰੇ ਪੂਰੇ ਚੱਕਾਂਗੇ ਜੀ। ਮੈਨੂੰ ਹੁਣੇ ਤੋਂ ਹੀ ਕੰਪੈਟੀਟਿਵਨੈਸ ਦਿਖ ਰਹੀ ਹੈ ਤੁਹਾਡੇ ਦੋਹਾਂ 'ਚ ਜਿਹੜਾ ਕਿ ਮੈਨੂੰ ਅੱਛਾ ਲੱਗ ਰਿਹਾ ਕਿਉਂਕਿ ਮੈਨੂੰ ਆਏ ਸੀ ਕਿ ਅੱਜ ਮੇਰੀ ਮਿਹਨਤ ਜ਼ਿਆਦਾ ਹੋਣੀ ਹੈ ਤੁਹਾਡੇ ਦੋਹਾਂ ਦੇ ਨਾਲ। ਨਹੀਂ ਮੈਨੂੰ ਲੱਗਦਾ ਸਾਡੀ ਲੱਗਣੀ ਹੈ ਬਾਤ ਤਾਂ ਠੀਕ ਹੈ ਕਿਉਂਕਿ ਮੈਨੂੰ ਆਏ ਸੀ ਕਿ ਤੁਸੀਂ ਦੋਹੋਂ ਘੱਟ ਬੋਲਣ ਵਾਲੇ ਹੋ ਹਨਾ। ਕੌਣ ਕਹਿੰਦਾ? ਓ ਚੈਲੰਜ ਠੀਕ ਹੈ ਮੈਂ ਆਮਣੇ ਸਾਹਮਣੇ ਕਰਾਉਂਗੀ ਜਿਹੜੇ ਬੰਦੇ ਨੇ ਮੈਨੂੰ ਇਹ ਗੱਲ ਕਹੀ ਹੈ ਤੇ ਉਹ ਇੱਥੇ ਹੈ ਨਹੀਂ ਹੈਗੇ ਫਿਲਹਾਲ ਤੇ ਮੈਂ ਕਹਿੰਦੀ ਗੇਮ ਸ਼ੁਰੂ ਕਰੀਏ ਫਿਰ ਪਤਾ ਲੱਗ ਹੀ ਜਾਵੇ ਅੱਜ ਹਾਂਜੀ 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 ਕਿਹੜਾ ਜਿੱਤੂਗਾ ਤੇ ਕਿਹੜਾ ਭਰਥੂ ਪਾਊਗਾ। ਤਿਆਰ ਹੋ ਫਿਰ? ਪੂਰੇ ਹੀ ਤਿਆਰ। ਚੱਕ ਦੋ ਫੱਟੇ ਤੇ ਸਭ ਤੋਂ ਪਹਿਲਾਂ ਫੱਟੇ ਚੱਕਣ ਤੋਂ ਪਹਿਲਾਂ ਆਪਣੀ ਪੋਜੀਸ਼ਨਸ ਤੁਸੀਂ ਪੋਡੀਅਮ ਦੇ ਸਾਹਮਣੇ ਲੈ ਸਕਦੇ ਹੋ। ਹੁਣ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸ਼ੋਅ ਦਾ ਫਾਰਮੈਟ ਸਮਝਾ ਦਿੰਦੀ ਹਾਂ। ਹਾਂਜੀ। ਇਹ ਸ਼ੋਅ ਦੇ ਵਿੱਚ ਟੋਟਲ ਤੁਹਾਨੂੰ 20 ਸਵਾਲ ਪੁੱਛੇ ਜਾਣਗੇ। ਪਹਿਲੇ 8 ਸਵਾਲ 5 ਪੁਆਇੰਟਸ ਦੇ, ਦੂਸਰੇ 8 ਸਵਾਲ 10 ਪੁਆਇੰਟਸ ਦੇ ਤੇ ਅਖੀਰਲੇ 4 ਸਵਾਲ 20 ਪੁਆਇੰਟਸ ਦੇ ਹੋਣਗੇ। ਠੀਕ ਹੈ ਜੀ। ਤੇ ਹੁਣ ਸ਼ੋਅ ਦੇ ਰੂਲਸ, ਇਹ ਸ਼ੋਅ ਦੇ ਆਪਣੇ ਸਿੰਪਲ ਜੇ ਸਾਦੇ ਜੇ 4 ਰੂਲ ਨੇ। ਪਹਿਲਾ ਰੂਲ, ਆਨਸਰ ਦੇਣ ਲਈ ਬਜ਼ਰ ਦੱਬਣਾ ਕੰਪਲਸਰੀ ਹੈ। ਹਾਂ ਬਿਲਕੁਲ ਕੰਮ ਕਰ ਰਿਹਾ, ਤੁਸੀਂ ਬਜ਼ਰ ਚੈੱਕ ਕਰ ਲਿਆ? ਮੇਰਾ ਨਹੀਂ ਕੰਮ ਕਰਦਾ ਜੀ। ਓਹੋ ਆ ਤਾਂ ਤੁਸੀਂ ਖਰਾਬ ਲਈ ਫਿਰਦੇ ਹੋ। ਚੱਲਿਆ ਫਿਰ ਮੈਨੂੰ ਲੱਗਦਾ ਤੂੰ ਤੁਹਾਨੂੰ ਬਾਰ ਬਾਰ ਦੱਬਣਾ ਪੈਣਾ। ਓਹੋ ਇਹ ਤਾਂ ਜ਼ੋਰ ਲਾਓ ਥੋੜ੍ਹਾ, ਇਹ ਤਾਂ ਸਾਨੂੰ ਘਾਟਾ ਪੈ ਸਕਦਾ। ਹਾਂ ਇੱਦਾਂ ਜ਼ੋਰ ਨਾਲ ਤੁਹਾਨੂੰ ਪਤਾ ਲੱਗ ਗਿਆ ਨਾ ਹੁਣ ਤੁਹਾਡਾ ਬਜ਼ਰ ਹਲਕਾ ਜਿਹਾ ਦੱਬੇ ਤੇ ਕੰਮ ਨਹੀਂ ਕਰਦਾ। ਨਹੀਂ ਨਹੀਂ ਕੋਈ ਗੱਲ ਨਹੀਂ ਪੂਰਾ ਕਰਾਂਗੇ। ਤੇ ਸ਼ੋਅ ਦਾ ਦੂਸਰਾ ਰੂਲ, ਜਿਹੜਾ ਪਹਿਲਾਂ ਬਜ਼ਰ ਦੱਬੂਗਾ ਉਹਨੂੰ ਹੀ ਪਹਿਲਾਂ ਜਵਾਬ ਦੇਣ ਦਾ ਮੌਕਾ ਮਿਲੂਗਾ। ਸ਼ੋਅ ਦਾ ਤੀਸਰਾ ਰੂਲ, ਇਸ ਸ਼ੋਅ 'ਚ ਸਿਰਫ ਦੋ ਹੀ ਮੌਕੇ ਦਿੱਤੇ ਜਾਣਗੇ ਜਿਵੇਂ ਕਿ ਤੁਸੀਂ ਦੋ ਹੀ ਪਲੇਅਰਸ ਹੋ। ਪਹਿਲਾ ਮੌਕਾ ਜਿਹੜਾ ਪਹਿਲਾਂ ਬਜ਼ਰ ਦੱਬੇਗਾ, ਦੂਸਰਾ ਮੌਕਾ ਜਿਹੜਾ ਸੈਕਿੰਡ 'ਤੇ ਬਜ਼ਰ ਦੱਬੇਗਾ। ਤੇ ਸ਼ੋਅ ਦਾ ਅਖੀਰਲਾ ਤੇ ਸਭ ਤੋਂ ਡਰਾਵਨਾ ਰੂਲ, ਮੇਰਾ ਸਵਾਲ ਖਤਮ ਹੋਣ ਤੋਂ ਪਹਿਲਾਂ ਐਕਸਾਈਟਮੈਂਟ 'ਚ ਆ ਕੇ ਜੇ ਤੁਸੀਂ ਬਜ਼ਰ ਦੱਬਤਾ ਨਾ ਤੁਸੀਂ ਆਓ, ਆਹ ਦੇਖੋ ਉਹਨਾਂ ਨੂੰ ਪਤਾ, ਤਾਂ ਤੁਸੀਂ ਉਸ ਸਵਾਲ 'ਚੋਂ ਆਊਟ ਹੋ ਜਾਓਗੇ। ਠੀਕ ਹੈ ਜੀ। ਇਸ ਲਈ ਮੇਰਾ ਪੂਰਾ ਸਵਾਲ ਸੁਣਨ ਦੀ ਵੇਟ ਕਰਨੀ ਹੈ, ਫਿਰ ਆਪਾਂ ਡਿਸਾਈਡ ਕਰਾਂਗੇ ਪਹਿਲਾਂ ਬਜ਼ਰ ਕਿਹਨੇ ਦੱਬਿਆ ਅਤੇ ਨਾਲ ਦੀ ਨਾਲ ਤੁਸੀਂ ਜਵਾਬ ਦੇ ਦੇਣਾ। ਠੀਕ ਹੈ ਜੀ। ਰੂਲਸ ਅਤੇ ਫਾਰਮੈਟ ਕਲੀਅਰ ਹੈ ਤੁਹਾਨੂੰ? ਹਾਂਜੀ ਹਾਂਜੀ ਹਾਂਜੀ। ਕਰੀਏ ਗੇਮ ਸ਼ੁਰੂ ਫਿਰ? ਹਾਂਜੀ ਹਾਂਜੀ। ਦੇਖਦੇ ਹਾਂ ਫਿਰ ਕਿਹਦਾ ਖਾਤਾ ਪਹਿਲਾਂ ਖੁੱਲ੍ਹਦਾ ਹੈ। ਇਹ ਰਿਹਾ ਤੁਹਾਡਾ ਪਹਿਲਾ ਰਾਊਂਡ ਜਿਹੜਾ ਕਿ ਹੈ ਨੌਨ ਫਿਲਮੀ ਕੁਇਜ਼। ਇਹਦੇ ਵਿੱਚ ਤੁਹਾਨੂੰ 8 ਸਵਾਲ ਪੁੱਛੇ ਜਾਣਗੇ ਅਤੇ ਹਰ ਸਹੀ ਜਵਾਬ 'ਤੇ ਤੁਹਾਨੂੰ 5 ਪੁਆਇੰਟਸ ਮਿਲਣਗੇ। ਠੀਕ ਹੈ ਜੀ। ਅਤੇ ਇਹ ਰਿਹਾ ਤੁਹਾਡਾ ਪਹਿਲਾ ਸਵਾਲ, ਇਹਨਾਂ ਵਿੱਚੋਂ ਕਿਹੜੀ ਰਚਨਾ ਨਾਨਕ ਸਿੰਘ ਜੀ ਦੀ ਹੈ? ਅਤੇ ਤੁਹਾਡੇ ਆਪਸ਼ਨਸ ਨੇ ਜਿਵੇਂ ਕਿ ਵਾਹ ਪਹਿਲਾਂ ਹੀ ਬਜ਼ਰ ਦੱਬ, ਵੈਰੀ ਗੁੱਡ, ਆਈ ਲਾਈਕ ਦਿਸ ਐਨਰਜੀ। ਅਤੇ ਤੁਹਾਡੇ ਆਪਸ਼ਨਸ ਨੇ ਚਿੱਟਾ ਲਹੂ, ਰਸੀਦੀ ਟਿਕਟ ਜਾਂ ਮੜੀ ਦਾ ਦੀਵਾ। ਮੜੀ ਦਾ ਦੀਵਾ ਨਹੀਂ ਉਹ ਠੀਕ ਹੈ? ਨਹੀਂ 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 ਇੱਕ ਮਿੰਟ, ਤੁਸੀਂ ਜਵਾਬ ਗਲਤ ਦਿੱਤਾ ਹੈ ਅਤੇ ਤੁਹਾਨੂੰ ਮਿਲੂਗਾ ਜਵਾਬ ਚਿੱਟਾ ਲਹੂ। ਬਿਲਕੁਲ ਸਹੀ ਜਵਾਬ, ਬਿਲਕੁਲ ਸਹੀ ਜਵਾਬ। 5 ਪੁਆਇੰਟ ਸਭ ਤੋਂ ਪਹਿਲੇ ਸਵਾਲ ਦੇ ਨਾਲ ਹੀ ਖਾਤਾ ਖੁੱਲ ਚੁੱਕਿਆ, ਵੈਰੀ ਗੁੱਡ, ਤਾੜੀਆਂ। ਬਿਲਕੁਲ ਸਹੀ ਜਵਾਬ।
ਤੇ ਇਹ ਰਿਹਾ ਤੁਹਾਡਾ ਦੂਸਰਾ ਸਵਾਲ ਜਿਵੇਂ ਕਿ ਪਹਿਲੇ ਸਵਾਲ ਦੇ ਨਾਲ ਇਹਨਾਂ ਦਾ ਖਾਤਾ ਖੁੱਲ ਚੁੱਕੇ 5 ਪੁਆਇੰਟਸ ਤੁਹਾਡਾ ਦੂਸਰਾ ਸਵਾਲ ਇਹਨਾਂ ਵਿੱਚੋਂ ਕਿਸ ਦਾ ਮਤਲਬ ਹੈ ਸਾਖੀ ਭਰਨਾ ਤੇ ਤੁਹਾਡੇ ਆਪਸ਼ਨਸ ਨੇ ਜਿੱਤਣਾ ਗਵਾਹੀ ਦੇਣਾ ਜਾਂ ਮਜ਼ਾ ਚਖਾਉਣਾ ਹਾਂਜੀ ਗਵਾਹੀ ਭਰਨਾ ਬਿਲਕੁਲ ਸਹੀ ਜਵਾਬ ਤੇ ਬੈਕ ਟੂ ਬੈਕ ਦੋ ਸਹੀ ਜਵਾਬ ਦੇ ਚੁੱਕੇ ਨੇ ਤੇ 10 ਪੁਆਇੰਟਸ ਹੋ ਚੁੱਕੇ ਨੇ ਟੋਟਲੀ ਤੇ ਇਹ ਰਿਹਾ ਤੁਹਾਡਾ ਤੀਸਰਾ ਸਵਾਲ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਸਥਾਪਨਾ ਕਦੋਂ ਹੋਈ ਸੀ ਤੇ ਤੁਹਾਡੇ ਆਪਸ਼ਨਸ ਨੇ 1949 1959 ਜਾਂ 1969 ਹਾਂਜੀ ਹਾਂਜੀ ਜਵਾਬ ਦਿਓ 1969 ਉੱਚੀ ਬੋਲੋ ਥੋੜਾ 1969 ਸਹੀ ਜਵਾਬ ਵੈਰੀ ਗੁੱਡ ਇਹਨਾਂ ਦਾ ਵੀ ਖਾਤਾ ਖੁੱਲ ਚੁੱਕਿਆ ਹੈ ਤੇ ਫਾਈਨਲੀ ਫਾਈਨਲੀ ਤੁਸੀਂ ਹੱਸੇ ਕਾ ਤੁਸੀਂ ਕੇ ਬਜ਼ਰ ਦੱਬ ਕੇ ਜਦੋਂ ਨਾਲ ਦੀ ਨਾਲ ਉਹਨਾਂ ਨੇ ਬਜ਼ਰ ਦੱਬਤਾ ਤੁੱਕਾ ਲੱਗਿਆ ਤਾਂ ਦੱਸੋ ਹੈ ਤੁੱਕਾ ਓ ਦੱਸਣਾ ਨਹੀਂ ਆਪਾਂ ਕੋਈ ਤੁੱਕਾ ਨਹੀਂ ਪਤਾ ਸੀ ਨਾ ਤੁਹਾਨੂੰ ਹਾਂ ਪਤਾ ਸੀਗਾ ਅਗਲਾ ਸਵਾਲ ਜਰਗ ਦੇ ਮੇਲੇ ਵਿੱਚ ਕਿਹੜੀ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ ਸੁਣੇ ਹੋਣਾ ਬਹੁਤ ਆਪਣੇ ਮੈਂਸ਼ਨ ਹੁੰਦਾ ਨਾ ਪੰਜਾਬੀ ਗੀਤਾਂ 'ਚ ਵੀ ਚੱਲ ਚੱਲੀਏ ਜਰਗ ਦੇ ਮੇਲੇ ਨੀ ਮੁੰਡਾ ਤੇਰਾ ਮੈਂ ਚੱਲ ਚੱਕ ਲੂੰ ਤੇ ਤੁਹਾਡੇ ਆਪਸ਼ਨਸ ਨੇ ਮਾਤਾ ਸੀਤਲਾ ਦੇਵੀ ਮਾਤਾ ਕਾਲੀ ਜਾਂ ਮਾਤਾ ਲਕਸ਼ਮੀ ਹਾਂਜੀ ਮਾਤਾ ਸੀਤਲਾ ਦੇਵੀ ਬਿਲਕੁਲ ਸਹੀ ਜਵਾਬ ਡਰ ਕੇ ਕਾਹਤੋਂ ਬੋਲ ਰਹੇ ਤੁਸੀਂ ਸਹੀ ਜਵਾਬ ਦਿੱਤਾ ਬਿਲਕੁਲ ਵੈਰੀ ਗੁੱਡ 5 ਪੁਆਇੰਟਸ ਹੋਰ ਚੁੱਕੇ ਨੇ ਇਹ ਬੇਸਿਕਲੀ ਲੁਧਿਆਣੇ ਦਾ ਪਿੰਡ ਹੈ ਜਰਗ ਲੁਧਿਆਣੇ 'ਚ ਉੱਥੇ ਹਾਂ ਜਰਗ ਦਾ ਮੇਲਾ ਲੱਗਦਾ ਗਏ ਹੋ ਕਦੇ ਸੁਣਿਆ ਵੀ ਛੋਟੇ ਹੁੰਦੇ ਗਏ ਛੋਟੇ ਹੁੰਦੇ ਆ ਨਾ ਬਹੁਤ ਭਾਰੀ ਮੇਲਾ ਭਰਦਾ ਅਤੇ ਕਾਫੀ ਚੜਾਵੇ ਵੀ ਚੜਾਏ ਜਾਂਦੇ ਨੇ ਇਹ ਰਿਹਾ ਤੁਹਾਡਾ ਅਗਲਾ ਸਵਾਲ ਸਕਰੀਨ 'ਤੇ ਤੁਹਾਨੂੰ ਇੱਕ ਕਲਰ ਦਿਖਾਇਆ ਜਾਊਗਾ ਤੁਸੀਂ ਉਸ ਕਲਰ ਦੇ 5 ਨੈਚੁਰਲ ਓਬਜੈਕਟ ਦੱਸਣੇ ਨੇ ਠੀਕ ਹੈ ਜੀ ਅਤੇ ਇਹ ਦੱਸਣ ਲਈ ਤੁਹਾਨੂੰ 30 ਸੈਕਿੰਡ ਦਾ ਟਾਈਮ ਮਿਲੂਗਾ ਪਰ ਇਹ ਦੱਸਣ ਦਾ ਮੌਕਾ ਸਿਰਫ ਇੱਕ ਜਣੇ ਨੂੰ ਹੀ ਮਿਲੂਗਾ ਜਿਹੜਾ ਸਭ ਤੋਂ ਪਹਿਲਾਂ ਬਜ਼ਰ ਦੱਬੇਗਾ ਇਹਦੇ 'ਚ ਕੋਈ ਦੂਸਰਾ ਮੌਕਾ ਨਹੀਂ ਹੈਗਾ ਅਤੇ ਮੈਂ ਵੀ ਟਾਈਮਰ ਲਾ ਲਾਂ ਤੁਹਾਡਾ ਜਿਹੜਾ ਪਹਿਲਾਂ ਬਜ਼ਰ ਦੱਬੂਗਾ ਉਹੀ ਦੱਸੂਗਾ ਸਿਰਫ ਠੀਕ ਹੈ ਜੀ ਅਤੇ ਤੁਹਾਡਾ ਉਹ ਕਲਰ ਹੈ ਹਾਂਜੀ ਸਭ ਤੋਂ ਪਹਿਲਾਂ ਤੁਸੀਂ ਦੱਬਿਆ ਹਾਂਜੀ ਟ੍ਰੀਸ ਲੀਵਸ ਅਤੇ ਗਰਾਸ ਹਾਂਜੀ ਅਤੇ ਹਰੀ ਮਿਰਚ ਅਤੇ ਭਿੰਡੀ ਓ ਭਿੰਡੀ ਤਾਂ ਗੂੜੀ ਹੁੰਦੀ ਹੈ ਇਹਦੇ ਨਾਲ ਐਵੇਂ ਕਿਵੇਂ ਹੁੰਦੀ ਚਲੋ ਚਲੋ ਹਾਂ ਹਾਂ ਅਤੇ ਪੈਰਟ ਤੋਤਾ ਓ ਤੋਤਾ ਹੋ ਗਿਆ ਬਸ ਵੈਰੀ ਗੁੱਡ 5 ਪੁਆਇੰਟਸ ਈਜ਼ੀਲੀ ਪਿੰਡੀ ਦਾ ਤੱਕੇ ਨਾ ਮਾਰਤੀ ਨਾ ਨਾ ਨਹੀਂ ਹਲਦੀ ਨਹੀਂ ਹੁੰਦੀ ਆ ਹਲਕੀ ਜੀ ਨਹੀਂ ਹੁੰਦੀ ਆ ਕੱਚੀ ਹੁੰਦੀ ਆ ਨਾ ਉਹ ਕੱਚੀ ਵੀ ਹੁੰਦੀ ਆ ਪੱਕੀ ਵੀ ਹੁੰਦੀ ਆ ਤੁਹਾਨੂੰ ਲੱਗਦਾ ਤੱਕੇ ਨਾਲ ਮਾਰਤੀ ਤੱਕੇ ਨਾਲ ਵਾਲੇ ਨਾ ਨਾ ਫਿਰ ਹੋਰ ਕੀ ਹੋਊਗਾ ਉਹ ਤਾਂ ਤੁਹਾਡਾ ਜਵਾਬ ਆ ਤੁਸੀਂ ਦੇਖਣਾ ਫਿਰ ਦੱਸ ਦੱਸੋ ਨਾ ਕੀ ਹੋਊਗਾ ਮੈਂ ਨਾ ਦੱਸਾਂ ਹਾਂ ਹੁਣ ਤਾਂ ਨੈਚੁਰਲ ਕਲਰ ਵੀ ਹੋ ਸਕਦਾ ਜਿਵੇਂ ਵਾਲ ਦੇ ਕਲਰਸ ਹੁੰਦੇ ਆ ਨਹੀਂ ਉਹ ਨਹੀਂ ਉਹ ਨਹੀਂ ਉਹ ਨਹੀਂ ਆਪਾਂ ਕਹਿਣਾ ਜਿਵੇਂ ਆਹੀ ਕੱਦੂ ਹੁੰਦਾ ਧਨੀਆ ਹੁੰਦਾ ਤੇ ਮੇਥੇ ਹੁੰਦੇ ਆ ਪੁਦੀਨਾ ਹੁੰਦਾ ਹਾਂ ਘੀਆ ਹੁੰਦਾ ਸਾਰੀਆਂ ਸਬਜ਼ੀਆਂ ਇਹਦੇ 'ਚ ਹੀ ਆ ਗਈਆਂ ਤੇ ਵੈਰੀ ਗੁੱਡ ਬਹੁਤ ਸੋਹਣੇ ਸੋਹਣੇ 5 ਤੋਂ ਵੀ ਵੱਧ ਦੱਸੇ ਹਾਂ ਵੱਧ ਦੱਸੇ ਵੱਧ ਪੁਆਇੰਟਸ ਤੋਂ ਨਹੀਂ ਨਹੀਂ ਪਰੀ ਜੀ ਸਿਰਫ 5 ਪੁਆਇੰਟਸ ਹੀ ਮਿਲਣੇ ਨੇ ਤੁਹਾਨੂੰ ਹਾਂ ਹੈ ਰੋਂਡੀ ਹਾਈ ਨਹੀਂ ਹਾਂ ਪਰੀ ਜੀ ਰੂਲਸ ਆ ਰੂਲਸ ਠੀਕ ਹੈ ਤਾਂ ਲੱਗ ਮੈਂ ਰੋਂਡੀ ਪਿੱਟ ਰਹੀ ਆ ਪਤਾ ਨਹੀਂ ਅੱਗੇ ਸ਼ਾਇਦ ਪਿੱਟ ਲਾਂ ਮਤਲਬ ਹਾਲੇ ਤੱਕ ਨਹੀਂ ਨਾ ਹਾਂਜੀ ਹੁਣ ਤੱਕ ਨਹੀਂ ਬਸ ਠੀਕ ਹੈ ਆ ਦੇਖੋ ਇਹਨਾਂ ਨੇ ਮੇਰਾ ਸਾਥ ਦਿੱਤਾ ਉਹ ਵਧੀਆ 5 ਪੁਆਇੰਟਸ ਲੈ ਗਏ ਤੁਸੀਂ ਅਗਲਾ ਸਵਾਲ ਇਸ ਰਾਊਂਡ ਦਾ ਆਮ ਖਾਸ ਬਾਗ ਇਹਨਾਂ ਵਿੱਚੋਂ ਕਿਹੜੇ ਸ਼ਹਿਰ 'ਚ ਸਥਿਤ ਹੈ ਅਤੇ ਤੁਹਾਡੇ ਆਪਸ਼ਨਸ ਨੇ ਅੰਮ੍ਰਿਤਸਰ ਸੰਗਰੂਰ ਜਾਂ ਸਰਹਿੰਦ ਹਾਂਜੀ ਅੰਮ੍ਰਿਤਸਰ ਗਲਤ ਜਵਾਬ ਹਾਂਜੀ ਆਪਸ਼ਨਸ ਕੀ ਨੇ ਅੰਮ੍ਰਿਤਸਰ ਸੰਗਰੂਰ ਜਾਂ ਸਰਹਿੰਦ ਸਰਹਿੰਦ ਸ਼ੋਰ ਉੱਚੀ ਬੋਲੋ ਪਹਿਲਾਂ ਤਾਂ ਮੈਨੂੰ ਸੁਣਿਆ ਹੀ ਨਹੀਂ ਸ਼ੋਰ ਨਹੀਂ ਹੈਗੀ ਇਹ ਉੱਚੀ ਬੋਲੋ ਉੱਚੀ ਸਰਹਿੰਦ ਤੀਜੇ ਸੰਗਰੂਰ ਨਹੀਂ ਨਹੀਂ ਸਰਹੰਦ ਸਰਹੰਦ ਨਹੀਂ ਨਹੀਂ ਤੀਜਾ ਤੀਜਾ ਆਪਣੇ ਬਿਆਨ ਤੇ ਪੱਕੇ ਰਹੋ ਤੁਸੀਂ ਤੀਜਾ ਹਾਂ ਸਹੀ ਜਵਾਬ ਵੈਰੀ ਗੁੱਡ ਵੈਰੀ ਗੁੱਡ ਕਿਉਂ ਤੁਸੀਂ ਪਲਟੇ ਆਪਣੇ ਬਿਆਨ ਤੋਂ ਮੇਰੀ ਸ਼ਕਲ ਦੇਖ ਕੇ ਦੇਖੋ ਮੈਂ ਤਾਂ ਤੁਹਾਨੂੰ ਉਲਝਾਉਂਗੀ ਆਪ ਹੀ ਨਹੀਂ ਪਤਾ ਸੀ ਵੀ ਕਿਹੜਾ ਕਹਾਂ ਮੈਂ ਤੁਸੀਂ ਸ਼ੋਰ ਨਹੀਂ ਸੀ ਤੁੱਕਾ ਲੱਗ ਗਿਆ ਮੇਰੀ ਸ਼ਕਲ ਦੇਖ ਕੇ ਕਨਫਿਊਜ਼ ਹੋ ਗਏ ਸੀਗੇ ਕਿ ਸ਼ਾਇਦ ਗਲਤ ਹੋ ਸਕਦਾ ਹੈ ਬਟ ਨਹੀਂ ਵੈਰੀ ਗੁੱਡ ਸਹੀ ਜਵਾਬ ਦਿੱਤਾ ਹੈ 5 ਪੁਆਇੰਟਸ ਹੋਰ ਲੈ ਚੁੱਕੇ ਹੋ ਤੁਸੀਂ ਵੈਰੀ ਗੁੱਡ ਹੁਣ ਰਿਹਾ ਤੁਹਾਡਾ ਅਗਲਾ ਸਵਾਲ ਇਹਨਾਂ ਵਿੱਚੋਂ ਕਿਹੜੀ ਸਟੇਟ ਦੇ ਨਾਲ ਪੰਜਾਬ ਦਾ ਬਾਰਡਰ ਸ਼ੇਅਰ ਨਹੀਂ ਹੁੰਦਾ ਤੁਹਾਡੇ ਆਪਸ਼ਨਸ ਨੇ
ਦੱਬ ਸਕਦੇ ਹੋ ਬਗਰ ਤੁਸੀਂ ਨਹੀਂ ਕੋਈ ਚੱਕਰ ਨਹੀਂ ਅੱਛਾ ਆਪਸ਼ਨ ਸੁਣਨ ਤੋਂ ਬਾਅਦ ਹੀ ਦੱਬੋਗੇ ਠੀਕ ਹੈ ਤੁਹਾਡੇ ਆਪਸ਼ਨਸ ਨੇ ਰਾਜਸਥਾਨ ਹਰਿਆਣਾ ਜਾਂ ਦਿੱਲੀ ਹਾਂਜੀ ਰਾਜਸਥਾਨ ਗਲਤ ਜਵਾਬ ਅੱਛਾ ਹਾਂਜੀ ਕਿਹੜੇ ਕਿਹੜੇ ਰਹਿ ਗਏ ਬਗਰ ਤੋਂ ਦੱਬੋ ਤੁਸੀਂ ਮੈਂ ਨਹੀਂ ਮੰਨਦੀ ਹਾਂ ਠੀਕ ਹੈ ਕਿਹੜੇ ਕਿਹੜੇ ਮੈਂ ਕੁਐਸਚਨ ਰਿਪੀਟ ਕਰ ਦਿੰਦੀ ਹਾਂ ਇਹਨਾਂ ਵਿੱਚੋਂ ਕਿਹੜੀ ਸਟੇਟ ਦੇ ਨਾਲ ਪੰਜਾਬ ਦਾ ਬਾਰਡਰ ਸ਼ੇਅਰ ਨਹੀਂ ਹੁੰਦਾ ਤੇ ਹੋ ਤਾਂ ਗਿਆ ਗਲਤ ਆਪਸ਼ਨਸ ਜਿਹੜੇ ਬਚੇ ਨੇ ਹਰਿਆਣਾ ਤੇ ਦਿੱਲੀ ਦਿੱਲੀ ਫੇਰ ਨਹੀਂ ਮੈਨੂੰ ਨਹੀਂ ਪੁੱਛਿਆ ਕਿ ਦੱਸਿਆ ਦਿੱਲੀ ਦਿੱਲੀ ਗਲਤ ਜਵਾਬ ਪਰ ਇਹ ਕਿਵੇਂ ਕਿਵੇਂ ਸਹੀ ਹੋ ਸਕਦੇ ਹੋ ਫੇਰ ਤੋਂ 5 ਪੁਆਇੰਟਸ ਲੈ ਗਏ ਯਾਰ ਵੈਰੀ ਗੁੱਡ ਵੈਰੀ ਗੁੱਡ ਤੇ ਇਹ ਰਿਹਾ ਤੁਹਾਡਾ ਅਗਲਾ ਸਵਾਲ ਤੇ ਇਸ ਰਾਊਂਡ ਦਾ ਆਖਰੀ ਸਵਾਲ ਇਹ ਫੇਰ ਤੋਂ ਸਕਰੀਨ ਤੇ ਹੋਏਗਾ ਇੱਥੇ ਤੁਹਾਨੂੰ ਇੱਕ ਸਕਰੀਨ ਤੇ ਨਾ ਡਿਸ਼ ਦਿਖਾਈ ਜਾਊਗੀ ਪੁਆਇੰਟਸ ਦੱਸੋ ਪਹਿਲਾਂ ਕਿੰਨੇ ਹੋ ਗਏ ਨਹੀਂ ਉਹ ਮੈਂ ਬਾਅਦ ਚ ਦੱਸੂਗੀ ਆ ਰਾਊਂਡ ਖਤਮ ਹੋਣ ਤੋਂ ਬਾਅਦ ਸਕਰੀਨ ਤੇ ਤੁਹਾਨੂੰ ਇੱਕ ਡਿਸ਼ ਦਿਖਾਈ ਜਾਊਗੀ ਹਾਂਜੀ ਤੇ ਤੁਸੀਂ ਉਸ ਡਿਸ਼ ਚ ਪੈਣ ਵਾਲੇ 5 ਇੰਗਰੀਡੀਐਂਟ ਦੱਸਣੇ ਨੇ ਠੀਕ ਹੈ ਜੀ ਸੇਮ ਰੂਲ ਨੇ 30 ਸੈਕਿੰਡ ਦਾ ਟਾਈਮ ਮਿਲੂਗਾ ਤੇ ਸਿਰਫ ਇੱਕ ਹੀ ਜਣਾ ਆਨਸਰ ਕਰ ਸਕਦਾ ਹੈ ਮੈਂ ਟਾਈਮਰ ਸੈੱਟ ਕਰ ਲਾਂ ਇਸ ਤੋਂ ਪਹਿਲਾਂ ਕਿ ਡਿਸ਼ ਆਵੇ ਤੇ ਉਹ ਤੁਹਾਡੀ ਉਹ ਡਿਸ਼ ਹੈ ਹਾਂਜੀ ਸਭ ਤੋਂ 1 ਮਿੰਟ ਕਰਨ ਸਭ ਤੋਂ ਪਹਿਲਾਂ ਕਿਨੇ ਮੈਂ ਬਜਾਇਆ ਠੀਕ ਹੈ ਚਲੋ ਹਾਂਜੀ ਮੈਂ ਬਜਾਇਆ ਹਾਂਜੀ ਦੱਸੋ ਇਹ ਸ਼ਿਮਲਾ ਮਿਰਚ ਪੈਂਦੀ ਆ ਟਮਾਟਰ ਪੈਂਦੇ ਆ ਟੋਮੈਟੋ ਸੌਸ ਪੈਂਦੀ ਆ ਟਮਾਟਰ ਤਾਂ ਹੈ ਹੀ ਨਹੀਂ ਇਹਦੇ ਚ ਉਹ ਚਟਨੀ ਕਾਦੀ ਆ ਮੈਸ਼ ਕਰਕੇ ਪਾਇਆ ਇਹ ਚੀਜ਼ ਪੈਂਦਾ ਆ ਪਨੀਰ ਪੈਂਦਾ ਆ ਤੇ ਹੋਰ ਕੀ ਲੂਣ ਪੈਂਦਾ ਮਿਰਚ ਪੈਂਦੀ ਆ ਹਲਦੀ ਵੀ ਪੈਂਦੀ ਆ ਉਹ 5 ਤੋਂ ਵੱਧ ਦੱਸਦੇ ਮੈਂ ਕੀ ਬਾਤ ਹੈ ਵੈਸੇ ਨਾ ਮੁੰਡੇ ਨੂੰ ਬਹੁਤ ਘੱਟ ਪਤਾ ਹੁੰਦਾ ਤੁਸੀਂ ਹੈਗੇ ਹੋ ਇੰਟਰਸਟਿਡ ਇਹਦੇ ਚ ਕੁਕਿੰਗ ਚ ਥੋੜਾ ਬਹੁਤ ਟੁੱਕਾ ਲਾਇਆ ਟੋਮੈਟੋ ਸੌਸ ਸਾਰਾ ਤਾਂ ਦਿਖਾਇਆ ਹੋਇਆ ਸੀਗਾ ਉੱਥੇ ਵੀ ਕੀ ਪੈਂਦਾ ਉਹਦੇ ਵਿੱਚ ਸੌਸ ਵੀ ਦਿਖਾਈ ਸ਼ਿਮਲਾ ਮਿਰਚ ਵੀ ਪਈ ਸੀਗੀ ਉੱਪਰ ਤੇ ਉਹੀ ਤਾਂ ਦੱਸਣਾ ਸੀ ਬਸ ਉਹੀ ਦੱਸਣਾ ਸੀਗਾ ਤਾਂ ਇਹ ਤਾਂ ਰੋਂਡੀ ਕੌਣ 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 ਤੁਸੀਂ ਮੈਂ ਨਹੀਂ ਪਰ ਜਿਆਦਾ ਨੂੰ ਬਲਰ ਕਰਨਾ ਸੀ ਨਾ ਫਿਰ ਪਤਾ ਕੀ ਲੱਗਣਾ ਸੀ ਯਾਰ ਥੋੜਾ ਥੋੜਾ ਦਿਖਣਾ ਚਾਹੀਦਾ ਸੀ ਉਹ ਤਾਂ ਬਿਲਕੁਲ ਹੀ ਸਾਫ਼ ਹੀ ਦਿਖਦਾ ਸੀ ਦੇਖੋ ਜੇ ਤਾਂ ਮੰਨ ਲਓ ਤੁਸੀਂ ਬਜ਼ਰ ਦੱਬਦੇ ਤੁਸੀਂ ਪਹਿਲਾਂ ਜਵਾਬ ਦਿੰਦੇ ਫਿਰ ਹੁਣ ਇਹ ਰੌਂਡੀ ਪਿੱਟਦੀ ਆ ਰੌਂਡੀ ਨਹੀਂ ਪਿੱਟਣੀ ਚਲੋ ਵੈਰੀ ਗੁੱਡ 5 ਪੁਆਇੰਟਸ ਲੈ ਕੇ ਜਾ ਚੁੱਕੇ ਨੇ ਹੋਰ ਤੇ ਹੁਣ ਇਸ ਰਾਊਂਡ ਦੇ ਜਿਹੜੇ ਪੁਆਇੰਟਸ ਆ ਉਹ ਅਨਾਊਂਸ ਕਰਨ ਤੋਂ ਪਹਿਲਾਂ ਕੁਝ ਮੇਰੇ ਸਵਾਲ ਨੇ ਤੁਹਾਡੇ ਤੋਂ ਜਿਹੜੇ ਕਿ ਮੈਂ ਪੁੱਛਣੇ ਚਾਹੁੰਦੀ ਹਾਂ ਅੱਛਾ ਮੈਨੂੰ ਇਹ ਦੱਸੋ ਜਿਵੇਂ ਆਪਣੇ ਮਤਲਬ ਤੁਹਾਡਾ ਸ਼ੁਰੂ ਤੋਂ ਹੀ ਸੀ ਕਿ ਤੁਸੀਂ ਸਿੰਗਿੰਗ ਲਾਈਨ 'ਚ ਹੀ ਆਉਣਾ ਹੈ ਨਾ ਆਰਟਿਸਟ ਬਣਨਾ ਜਾਂ ਪਹਿਲਾਂ ਕੋਈ ਹੋਰ ਸੀ ਜਿਵੇਂ ਮੇਰਾ ਸੀਗਾ ਬਚਪਨ 'ਚ ਕਿ ਬਈ ਮੈਂ ਪਹਿਲਾਂ ਡਾਕਟਰ ਬਣਨਾ ਸੀ ਫਿਰ ਮੈਂ ਵਿਚਾਲੀ ਜੇ ਲਾਇਰ ਵੀ ਬਣਨਾ ਸੀ ਫਿਰ ਮੈਂ ਸਾਇੰਟਿਸਟ ਵੀ ਬਣਨਾ ਸੀਗਾ ਬਟ ਤੁਹਾਡਾ ਕੀ ਸੀਗਾ ਛੋਟੇ ਹੁੰਦਿਆਂ ਤੋਂ ਸੁਪਨਾ ਕੀ ਬਣਨਾ ਹੈ ਮੇਰਾ ਤਾਂ ਇੱਕੋ ਹੀ ਸੀਗਾ ਜੀ ਵੀ ਮੈਂ ਸਿੰਗਿੰਗ ਲਾਈਨ 'ਚ ਜਾਣਾ ਵੀ ਬਸ ਇੱਕ ਹੁੰਦਾ ਨਹੀਂ ਫੋਕਸ ਵੀ ਬਸ ਸਿੰਗਰ ਹੀ ਬਣਨਾ ਹੋਰ ਕੁਛ ਨਹੀਂ ਹੋਰ ਕੁਛ ਨਹੀਂ ਹਾਂਜੀ ਹਾਂਜੀ ਪਰੀ ਤੁਹਾਡਾ ਸ਼ੁਰੂ ਤੋਂ ਨਹੀਂ ਸੀਗਾ ਮੇਰਾ ਜਾਣ ਦਾ ਕਿ ਮੈਂ ਇਹੀ ਲਾਈਨ ਦੇ ਵਿੱਚ ਜਾਣਾ ਪਰ ਪਲੱਸ ਟੂ ਤੋਂ ਬਾਅਦ ਆ ਕੇ ਕਾਲਜ ਦੇ ਵਿੱਚ ਜਿੱਦਾਂ ਆ ਕੇ ਮੈਂ ਪਰ ਫੰਕਸ਼ਨਸ ਦੇ ਵਿੱਚ ਮੈਂ ਪਾਰਟੀਸਪੇਟ ਕਰਦੀ ਰਹੀ ਹਾਂ ਹਰ ਇੱਕ ਦੇ ਵਿੱਚ ਸ਼ੌਂਕ ਹੈਗਾ ਸੀਗਾ ਮੈਨੂੰ ਸ਼ੁਰੂ ਤੋਂ ਹੀ ਅਤੇ ਜਿਵੇਂ ਫੈਮਲੀ ਨੂੰ ਵੀ ਸ਼ੌਂਕ ਸੀਗਾ ਵੀ ਮੈਂ ਉਹ ਸਕਰੀਨ ਦੇ ਵਿੱਚ ਆਵਾਂ ਮੈਂ ਆਪਣੇ ਆਪ ਨੂੰ ਇੱਕ ਵੱਡੀ ਸਕਰੀਨ ਦੇ ਵਿੱਚ ਦੇਖਾਂ ਹੈ ਨਾ ਉਹ ਮੈਨੂੰ ਸ਼ੌਂਕ ਸੀਗਾ ਅਤੇ ਉਹ ਹੁਣ ਪੂਰਾ ਹੋ ਗਿਆ ਅਤੇ ਜਿਵੇਂ ਛੋਟੇ ਹੁੰਦੇ ਨਾ ਆਪਣੇ ਘਰ ਮਾਹੌਲ ਹੁੰਦਾ ਕਿ ਬਈ ਜਿਵੇਂ ਆਮ ਘਰਾਂ 'ਚ ਕਿ ਤੂੰ ਤਾਂ ਡਾਕਟਰ ਹੀ ਬਣੇਗਾ ਤੂੰ ਸਾਇੰਟਿਸਟ ਹੀ ਬਣਨਾ ਇੱਦਾਂ ਦਾ ਘਰੇ ਸੀਗਾ ਕੁਛ ਟਸਲ ਚੱਲਦੀ ਕਿ ਨਹੀਂ ਪੁੱਤ ਤੂੰ ਆਹੀ ਬਣਨਾ ਆਹੀ ਬਣਨਾ ਨਹੀਂ ਨਹੀਂ ਫੈਮਲੀ ਨੇ ਤਾਂ ਨਹੀਂ ਕਦੇ ਕੁਛ ਕਿਹਾ ਕਿਉਂਕਿ ਅਸੀਂ ਇੱਕ ਪਿੰਡ ਤੋਂ ਹਾਂ ਜੱਟ ਸਿੱਖ ਫੈਮਲੀ ਤੋਂ ਹਾਂ ਉੱਥੇ ਇੰਨਾ ਨਹੀਂ ਹੁੰਦਾ ਅਤੇ ਉਹ ਤਾਂ ਪੇਰੈਂਟਸ ਨੇ ਕਿਹਾ ਸੀ ਸ਼ੁਰੂ ਤੋਂ ਕਿ ਜੋ ਤੂੰ ਕਰਨਾ ਚਾਹੁੰਦੀ ਹਾਂ ਉਹ ਤੂੰ ਕਰ ਉਹ ਤਾਂ ਖੁਸ਼ ਨੇਗੇ ਹੁਣ ਵੀ ਅਤੇ ਪਹਿਲਾਂ ਵੀ ਅੱਛਾ ਪਹਿਲੀ ਪਰਫੋਰਮੈਂਸ ਤੁਹਾਡੀ ਕਦੋਂ ਸੀਗੀ ਤੁਹਾਡੀ ਲਾਈਫ ਦੀ ਪਹਿਲੀ ਪਰਫੋਰਮੈਂਸ ਮੇਰੀ ਪਹਿਲੀ ਪਰਫੋਰਮੈਂਸ ਸੀਗੀ ਵੀ ਮੈਂ 5th ਕਲਾਸ 'ਚ ਹੋਇਆ ਸੀ ਹਲੇ ਹੋਣਾ ਸੀਗਾ ਵੀ ਤਾਂ ਉਦੋਂ ਮੈਂ ਲਾਈਵ ਗਾਇਆ ਸੀਗਾ ਸਕੂਲ ਦੇ ਫੰਕਸ਼ਨ 'ਚ ਗਾਇਆ ਸੀਗਾ ਤਾਂ ਉਦੋਂ ਕਾਫੀ ਵੀ ਸੀਗਾ ਗਾਣਾ ਸੀਗਾ ਵੀ ਕਾਪੀ ਤੋਂ ਦੇਖ ਕੇ ਨਹੀਂ ਸੀ ਗਾਣਾ ਵੀ ਪਹਿਲਾਂ ਮੈਨੂੰ ਲੱਗਦਾ ਵੀ ਮੈਂ 20-25 ਦਿਨ ਇੱਕ ਗਾਣਾ ਤਿਆਰ ਕੀਤਾ ਵੀ ਮੈਂ ਪਾਪਾ ਦਾ ਗਾਣਾ ਗਾਇਆ ਸੀ ਕਚਹਿਰੀਆਂ 'ਚ ਮੇਲੇ ਲੱਗਦੇ ਤਾਂ 20-25 ਦਿਨ ਤਿਆਰ ਕੀਤਾ ਫਿਰ ਇੱਕ ਹਫ਼ਤਾ ਉਹਦੀ ਰਿਹਰਸਲ ਚੱਲੀ ਉਸ ਤੋਂ ਬਾਅਦ ਆ ਕੇ ਫਿਰ ਪਰਫਾਰਮ ਕੀਤਾ ਘੱਟੋ ਘੱਟ 1 ਮਹੀਨਾ ਲਾ ਕੇ ਕੀਤਾ ਤੇ ਕਿਵੇਂ ਦਾ ਰਿਸਪੌਂਸ ਸੀਗਾ ਰਿਸਪੌਂਸ ਬਹੁਤ ਵਧੀਆ ਸੀਗਾ ਵੀ ਕਿਉਂਕਿ ਆਪਣੇ ਆਪ ਨੂੰ ਵੀ ਮੈਨੂੰ ਵਧੀਆ ਲੱਗਦਾ ਸੀ ਅਤੇ ਜਿੰਨੀ ਆਡੀਅੰਸ ਸੀਗੀ ਸਾਹਮਣੇ ਸਾਰਿਆਂ ਨੇ ਬਹੁਤ ਹੌਂਸਲਾ ਦਿੱਤਾ ਵੀ ਨਹੀਂ ਬਹੁਤ ਵਧੀਆ ਤੂੰ ਅੱਗੇ ਹੋਰ ਕਰ ਹੋਰ ਕਰ ਫਿਰ ਉਹ ਤੋਂ ਅੱਗੇ ਇੱਕ ਹੋਰ ਆ ਗਿਆ ਵੀ ਨਹੀਂ ਵੀ ਹੁਣ ਕੋਈ ਜਿੱਦਾਂ ਇੱਕ ਗਾਣਾ ਤਿਆਰ ਕਰ ਲਿਆ ਕੋਈ ਹੋਰ ਅੱਗੇ ਕਰਾਂ ਫਿਰ ਇੱਦਾਂ ਅੱਗੇ ਚੱਲਦਾ ਰਿਹਾ ਡਿਮਾਂਡ ਵੱਧਦੀ ਰਹੀ ਤੁਹਾਡੀ ਹੌਲੀ ਹੌਲੀ ਵੈਰੀ ਗੁੱਡ ਅਤੇ ਹੁਣ ਤੁਸੀਂ ਐਡੇ ਸੋਹਣੇ ਮੁਕਾਮ 'ਤੇ ਪਹੁੰਚ ਚੁੱਕੇ ਹੋ
ਤੇ ਆਡੀਅנס ਵੀ ਬਹੁਤ ਜ਼ਿਆਦਾ ਤੁਹਾਨੂੰ ਪਰਮਾ ਹੁੰਗਾਰਾ ਦੇ ਕੇ ਪਿਆਰ ਦੇ ਕੇ ਤੁਹਾਡੇ ਗੀਤਾਂ ਨੂੰ ਐਡੀ ਸਪੋਰਟ ਕਰ ਰਹੀ ਹੈ ਪਰ ਇਹ ਤੁਹਾਡੀ ਪਹਿਲੀ ਪਰਫਾਰਮੈਂਸ ਕਿਹੜੀ ਸੀਗੀ ਪਰਫਾਰਮੈਂਸ ਮੇਰੀ ਕਾਲਜ 'ਚ ਹੀ ਸੀਗੀਆਂ ਮੇਰੀਆਂ ਗਿੱਧੇ 'ਚ ਗਿੱਧਾ ਹਾਂਜੀ ਮੈਂ ਯੂਥ ਕੀਤਾ ਸੀਗਾ ਯੂਥ ਕੀਤਾ ਸੀ ਯੂਥ ਫੈਸਟੀਵਲ 'ਚ ਉਹੀ ਸੀਗੀ ਪਰ ਮੈਂ ਕਾਲਜ ਦੇ ਵਿੱਚ ਵੀ ਸਕੂਲ ਦੇ ਵਿੱਚ ਵੀ ਨਾ ਹਰ ਇੱਕ ਪਾਰਟਿਸਪੇਟ ਕਰਦੀ ਸੀਗੀ ਹਰ ਇੱਕ ਮਤਲਬ ਜਿਹੜਾ ਵੀ ਕੋਈ ਪਾਰਟਿਸਪੇਟ ਹਾਂਜੀ ਕੋਈ ਨਹੀਂ ਸੀ ਛੱਡਦੀ ਕਿਉਂਕਿ ਨਾ ਮੈਨੂੰ ਮੇਰੇ ਮੰਮੀ ਪਾਪਾ ਨੂੰ ਵੀ ਸ਼ੌਂਕ ਸੀਗਾ ਕਿ ਮਤਲਬ ਇਹ ਕਰੇ ਪਾਰਟਿਸਪੇਟ ਅਤੇ ਜਿੱਦਾਂ ਕੋਈ ਵੀ ਫੰਕਸ਼ਨ ਹੋਣਾ ਇੱਕ ਦਿਨ ਮੇਰੀ ਮੰਮਾ ਨੇ ਕਿਹਾ ਕਿ ਨਾ ਤੂੰ ਹਰ ਇੱਕ ਦੇ ਵਿੱਚ ਪਾਰਟੀਸਪੇਟ ਕਰਨਾ ਹੀ ਕਰਨਾ ਜੋ ਮਰਜ਼ੀ ਹੋ ਜਾਵੇ ਕਿਉਂਕਿ ਪਹਿਲਾਂ ਨਾ ਮੈਂ ਡਰਦੀ ਸੀਗੀ ਕਰਨ ਤੋਂ ਪਹਿਲਾਂ ਅਤੇ ਕਿ ਪਤਾ ਨਹੀਂ ਕਿਵੇਂ ਹੋਊਗਾ ਪਰ ਫਿਰ ਮੰਮਾ ਨੇ ਕਿਹਾ ਕਿ ਕਰਨਾ ਹੀ ਕਰਨਾ ਫਿਰ ਮੈਂ ਉਸ ਤੋਂ ਬਾਅਦ ਸਾਰਿਆਂ ਦੇ ਵਿੱਚ ਪਾਰਟੀਸਪੇਟ ਕੀਤਾ ਹੀ ਕੀਤਾ ਜੋ ਮਰਜ਼ੀ ਗਿੱਧਾ ਸੀਗਾ ਕੋਈ ਡਾਂਸ ਸੀਗਾ ਸਾਰਿਆਂ ਦੇ ਵਿੱਚ ਕੀਤਾ ਜਿਵੇਂ ਤੁਸੀਂ ਆਮ ਜੇ ਗੱਲਬਾਤ ਕਰਦੇ ਆ ਨਾ ਤੁਸੀਂ ਬਹੁਤ ਜ਼ਿਆਦਾ ਸ਼ਾਈ ਜੇ ਲੱਗਦੇ ਅਤੇ ਉੱਥੇ ਕਿਵੇਂ ਉੱਥੇ ਫੱਟੇ ਚੱਕਦੇ ਸੀ ਵੀ ਜਾਓ ਸਾਰੇ ਪਰਾਂ ਮੈਂ ਜੇ ਨੱਚਣਾ ਤਾਂ ਮੈਂ ਹੀ ਨੱਚੂੰਗੀ ਹਾਂ ਹਾਂ ਉੱਥੇ ਫੱਟੇ ਚੱਕਦੇ ਜਾ ਉੱਥੇ ਫਿਰ ਸਾਰੀ ਦੁਨੀਆ ਭੁੱਲ ਕੇ ਜੇ ਗਾਉਣਾ ਤਾਂ ਗਾਉਣਾ ਨੱਚਣਾ ਤਾਂ ਨੱਚਣਾ ਆਪਾਂ ਪੰਜਾਬੀ ਹੁੰਦੇ ਹਾਂ ਫਿਰ ਫੱਟੇ ਚੱਕ ਦੇਈਦੇ ਆ ਫੱਟੇ ਚੱਕ ਦੇਈਦੇ ਆ ਹਾਂ ਅਤੇ ਬਹੁਤ ਸੋਹਣੇ ਫੱਟੇ ਚੱਕ ਰਹੇ ਇੱਥੇ ਗੇਮ ਦੇ ਵਿੱਚ ਵੀ ਅਤੇ ਹੁਣ ਇਸ ਰਾਊਂਡ ਦੇ ਪੁਆਇੰਟਸ ਦੱਸੋ ਨਾ ਮੈਂ ਦੱਸੋ ਜਾਣਨਾ ਚਾਹੁੰਦੇ ਹੋ ਤੁਸੀਂ ਹਾਂਜੀ ਹਾਂਜੀ ਅਤੇ ਇਸ ਰਾਊਂਡ ਦੇ ਪੁਆਇੰਟਸ ਕੁਝ ਇਸ ਤਰ੍ਹਾਂ ਨੇ ਵਿਦ 25 ਪੁਆਇੰਟਸ ਲੀਡ ਕਰ ਰਹੇ ਨੇ ਪਰੀ ਵੈਰੀ ਗੁੱਡ ਅਤੇ ਅਰਮਾਨ ਜੀ ਤੁਸੀਂ ਹੋ 15 ਪੁਆਇੰਟਸ 'ਤੇ ਬਟ ਬਹੁਤ ਘੱਟ ਮਤਲਬ ਮਾਰਜਨ ਹੈਗਾ ਅਗਲੇ ਹੋਰ ਤਗੜੇ ਤੋਂ ਤਗੜੇ ਲੈਵਲ ਆਉਣਗੇ ਅਤੇ ਹੋਰ ਅੱਗੇ ਅੱਗੇ ਵੱਧਦੇ ਜਾਣਾ ਅਤੇ ਜ਼ਿਆਦਾ ਦੇਰੀ ਨਾ ਕਰਦੇ ਹੋਏ ਆਪਾਂ ਸ਼ੁਰੂ ਕਰਾਂਗੇ ਅਗਲਾ ਬੋਨਸ ਰਾਊਂਡ ਹੁਣ ਜਿਹੜਾ ਇਹ ਟਾਸਕ ਹੈ ਇਹ ਕੰਪਲੀਟ ਕਰਨ 'ਤੇ ਤੁਹਾਨੂੰ 30 ਪੁਆਇੰਟਸ ਮਿਲਣਗੇ ਸਿੱਧੇ ਅਤੇ ਇਹਦੇ 'ਚ ਤੁਸੀਂ ਕਰਨਾ ਕੀ ਹੈ ਕਿਸੇ ਵੀ ਆਪਦੇ ਫਰੈਂਡ ਦੇ ਮੂੰਹੋਂ ਉਹਨੂੰ ਕਾਲ ਕਰਕੇ ਟਾਈਮ ਟਾਈਮ ਦੀ ਗੱਲ ਬੁਲਵਾਉਣਾ ਹੈ ਜਿਹੜਾ ਸਭ ਤੋਂ ਪਹਿਲਾਂ ਬੁਲਵਾਏਗਾ ਉਹਨੂੰ ਹੀ ਇਹ 30 ਪੁਆਇੰਟਸ ਮਿਲਣਗੇ ਅਤੇ ਇਹਦੇ ਲਈ ਵੀ ਤੁਹਾਨੂੰ 30 ਸੈਕਿੰਡਸ ਦਾ ਟਾਈਮ ਮਿਲੇਗਾ ਅਤੇ ਤੁਹਾਡਾ ਟਾਈਮ ਸ਼ੁਰੂ ਹੁੰਦਾ ਨਾਓ ਸਪੀਕਰ 'ਤੇ ਟਾਈਮ ਟਾਈਮ ਦੀ ਗੱਲ ਵੈਰੀ ਗੁੱਡ ਤੁਹਾਡਾ ਫੋਨ ਹੀ ਨਹੀਂ ਲੱਗਿਆ ਕਿ ਚੱਕਿਆ ਨਹੀਂ ਰੇਂਜ ਤੋਂ ਬਾਹਰ ਘੁੰਮਦਾ ਜੀ ਮਾਰੇ ਟਾਈਮ ਤੇ ਨੈਟਵਰਕ ਵੀ ਸਾਥ ਛੱਡ ਦਿੰਦਾ ਹਾਂਜੀ ਤੇ ਵੈਰੀ ਗੁੱਡ ਇਸੇ ਦੇ ਨਾਲ ਤਾੜੀਆਂ ਮਾਰੋ ਉਹਨਾਂ ਲਈ 30 ਸੈਕਿੰਡ ਦੇ ਵਿੱਚ ਮਤਲਬ 10 ਸੈਕਿੰਡ ਦੇ ਵਿੱਚ ਇਹਨਾਂ ਨੇ ਟਾਈਮ ਟਾਈਮ ਦੀ ਗੱਲ ਬੁਲਵਾ ਲਿਆ ਸੀ ਤੇ 30 ਪੁਆਇੰਟ ਸਿੱਧਾ ਤੁਹਾਡੇ ਖਾਤੇ 'ਚ ਪੈ ਚੁੱਕੇ ਨੇ ਵੈਰੀ ਗੁੱਡ ਤੇ ਹੁਣ ਆਪਾਂ ਵੱਧਦੇ ਹਾਂ ਸਾਡੇ ਅਗਲੇ ਰਾਊਂਡ ਵੱਲ ਜਿਹੜਾ ਕੀ ਹੈ ਬਾਲੀਵੁੱਡ ਕੁਇਜ਼ ਇਹਦੇ 'ਚ ਵੀ ਤੁਹਾਨੂੰ 8 ਸਵਾਲ ਪੁੱਛੇ ਜਾਣਗੇ ਪਰ ਇਹਦੇ 'ਚ ਹਰ ਸਹੀ ਜਵਾਬ 'ਤੇ ਤੁਹਾਨੂੰ ਸਿੱਧੇ 10 ਪੁਆਇੰਟਸ ਮਿਲਣਗੇ ਯਾਨੀ ਕਿ ਡਬਲ ਠੀਕ ਹੈ ਜੀ ਤਿਆਰ ਹੋ ਹਾਂਜੀ ਇਹ ਰਿਹਾ ਤੁਹਾਡਾ ਪਹਿਲਾ ਸਵਾਲ ਇਹਨਾਂ 'ਚੋਂ ਕਿਹੜੀ ਮੂਵੀ ਦਿਲਜੀਤ ਨੇ ਪ੍ਰੋਡਿਊਸ ਨਹੀਂ ਕੀਤੀ ਅਤੇ ਤੁਹਾਡੇ ਆਪਸ਼ਨਸ ਨੇ ਦਿਲਜੀਤ ਦੋਸਾਂਝ ਤੁਸੀਂ ਅਤੇ ਤੁਹਾਡੇ ਆਪਸ਼ਨਸ ਨੇ ਹੌਸਲਾ ਰੱਖ ਬਾਬੇ ਭੰਗੜਾ ਪਾਉਂਦੇ ਨੇ ਜਾਂ ਅੰਬਰਸਰੀਆ ਹਾਂਜੀ ਉੱਚੀ ਬੋਲੋ ਅੰਬਰਸਰੀਆ ਸਹੀ ਜਵਾਬ ਹੈ ਵੈਰੀ ਗੁੱਡ ਇੰਨੀ ਹੌਲੀ ਕਾਹਤੋਂ ਬੋਲਦੇ ਸੀਗੇ 10 ਪੁਆਇੰਟਸ ਬਾਬੇ ਭੰਗੜਾ ਪਾਉਂਦੇ ਵੀ ਉਹਨਾਂ ਦੀ ਆ ਅਤੇ ਹੌਸਲਾ ਰੱਖ ਵੀ ਸਾਰੀ ਨੌਲੇਜ ਰੱਖ ਰਹੇ ਨੇ ਇਹ ਤਾਂ ਪਤਾ ਸੀ ਮੈਨੂੰ ਦੇਖੋ ਲਾਜ ਤੇ ਰੱਖਣੀ ਪੈਣੀ ਆ ਲਾਜ ਨਹੀਂ ਆ ਤਾਂ ਮੈਨੂੰ ਪਤਾ ਸੀ ਸੱਚੀ ਪਤਾ ਅਰਮਾਨ ਜੀ ਤੁਸੀਂ ਸਪੀਡ ਫੜੋ ਥੋੜੀ ਫੜਨੀ ਪੈਣੀ ਹੁਣ ਤਾਂ ਲੱਗਦਾ ਹੁਣ ਪੂਰੀਆਂ ਰੇਸ ਚੱਕਦੀ ਉਹਨਾਂ ਨੇ ਅਗਲਾ ਸਵਾਲ ਗਿੱਪੀ ਗਰੇਵਾਲ ਦੀ ਬਾਲੀਵੁੱਡ ਡੈਬਿਊ ਮੂਵੀ ਕਿਹੜੀ ਸੀ ਜਿਵੇਂ ਕਿ ਪਹਿਲਾਂ ਬਦਰ ਦੱਬ ਕੇ ਇਹਨਾਂ ਨੇ ਇਹੀ ਦੱਸਣਗੇ ਤੁਹਾਡੇ ਆਪਸ਼ਨਸ ਨੇ ਲਖਨਊ ਸੈਂਟਰਲ ਸੈਕਿੰਡ ਹੈਂਡ ਹਸਬੈਂਡ ਜਾਂ ਕਪਤਾਨ ਵੈਰੀ ਗੁੱਡ ਸਹੀ ਕੀ ਗੱਲ ਬਿਲਕੁਲ ਸਹੀ ਜਵਾਬ ਹੈ ਇਹਦਾ ਘਬਰਾ ਤਾਂ ਵੈਰੀ ਗੁੱਡ ਕਲੈਪਿੰਗ ਹੋ ਜਾਵੇ ਇਹ ਪਤਾ ਸੀ ਤੁਸੀਂ ਦੇਖੀ ਹੋਈ ਇਹ ਦੇਖੀ ਨਹੀਂ ਹੋਈ ਸੁਣਿਆ ਸੀ ਵੀ ਡੈਬਿਊ ਹੋਇਆ ਵੈਰੀ ਗੁੱਡ ਬਿਲਕੁਲ ਜਿਹਨੇ ਵੀ ਤੁਹਾਨੂੰ ਸੁਣਾਇਆ ਗਾ ਜਿੱਥੋਂ ਵੀ ਤੁਹਾਡੇ ਕੰਨਾਂ 'ਚੋਂ ਪਈ ਹੈ ਬਿਲਕੁਲ ਸਹੀ ਦੱਸਿਆ ਵੈਰੀ ਗੁੱਡ ਅਗਲਾ ਸਵਾਲ ਹੁਣ ਮਾਮਲਾ ਪੱਕ ਚੁੱਕਿਆ ਪੂਰਾ ਠੰਡੇ ਨਹੀਂ ਹੋਣਾ ਵਰੀ ਜੀ ਅਗਲਾ ਸਵਾਲ ਇਹਨਾਂ ਵਿੱਚੋਂ ਕਿਹੜਾ ਸੌਂਗ ਜੋਰਡਨ ਸੰਧੂ ਵੱਲੋਂ ਗਾਇਆ ਗਿਆ ਹੈ ਤੁਹਾਡੇ ਆਪਸ਼ਨਸ ਨੇ ਜੱਟ ਤੇ ਜਵਾਨੀ ਫੋੜ ਬਾਪੂ ਦਾ ਜਾਂ ਜ਼ਿੰਦਗੀ ਫੋੜ ਬਾਪੂ ਦਾ ਬਿਲਕੁਲ ਸਹੀ ਜਵਾਬ 10 ਪੁਆਇੰਟ
तालियों की गूंज बढ़ती जा रही है हर जवाब के साथ, अच्छा लग रहा है। अगला सवाल फिर तो स्क्रीन पे होएगा। हाँ जी। ऐसे तो एक अल्फाबेट दिखाया जाऊंगा, ਤੁਸੀਂ ਉਸ ਅਲਫਾਬੈਟ ਤੋਂ ਸ਼ੁਰੂ ਹੋਣ ਵਾਲੀਆਂ ਪੰਜ ਪੰਜਾਬੀ ਫਿਲਮਾਂ ਦੇ ਨਾਂ ਦੱਸਣੇ ਨੇ 30 ਸੈਕਿੰਡ ਦੇ ਵਿੱਚ। ਠੀਕ ਹੈ ਜੀ। ਤੇ ਮੈਂ ਟਾਈਮਰ ਲਾ ਲਾਂ। ਇਹ ਰਿਹਾ ਤੁਹਾਡਾ ਅਲਫਾਬੈਟ। ਹਾਂਜੀ। ਅੰਬਰ ਫਰੀਆ। ਹਾਂਜੀ। ਅੰਗਰੇਜ਼। ਹਾਂਜੀ। ਅੰਬਰ ਫਰੀਆ ਅੰਗਰੇਜ਼। ਹਾਂਜੀ ਹਾਂਜੀ। ਅਰਦਾਸ 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 ਕਰਾਂ। ਓ ਵੈਰੀ ਗੁੱਡ। ਹਾਂਜੀ। ਇੱਕ ਰਹਿ ਗਈ ਹੁਣ। ਛੇਤੀ 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 ਛੇਤੀ। ਅੰਨੀ ਦੇ ਮਜ਼ਾਕ ਹੈ। ਓ ਵੈਰੀ ਗੁੱਡ। ਸਿਰ ਮਤਲਬ 15 ਸੈਕਿੰਡ ਦੇ ਵਿੱਚ ਵਿੱਚ ਇਹਨਾਂ ਨੇ ਪੰਜੇ ਫਿਲਮਾਂ ਗਣਾਤੀਆਂ ਸੀ। ਵੈਰੀ ਗੁੱਡ। ਐਸੇ ਦੇ ਨਾਲ ਹੀ ਇਹਨਾਂ ਨੂੰ ਮਿਲਦੇ ਨੇ 10 ਪੁਆਇੰਟਸ। ਅੰਨੀ ਦੇ ਮਜ਼ਾਕ ਇਹਨਾਂ ਨੂੰ ਦੇਖ ਕੇ ਯਾਦ ਆਈ ਸੀ। ਹਾਂਜੀ। ਦੇਖੋ ਫਿਰ ਵੀ ਤੁਸੀਂ ਇਨਡਾਇਰੈਕਟਲੀ ਹੈਲਪ ਕਰਤੀ ਉਹਨਾਂ ਦੀ, ਹੈ ਨਾ? ਕੀਤੀ ਹੈ। ਅਗਲਾ ਸਵਾਲ, ਤੇਰੇ ਤੋਂ ਟਾਈਮ ਪਾਸ ਨਹੀਂ ਹੋਣਾ, ਜਿੱਦਣ ਵੀ ਹੋਇਆ ਪਿਆਰ ਹੀ ਹੋਣਾ, ਇਹ ਡਾਇਲੋਗ ਕਿਹੜੀ ਮੂਵੀ ਦਾ ਹੈ? ਜਿਵੇਂ ਕਿ ਤੁਸੀਂ ਮੇਰਾ ਸਵਾਲ ਖਤਮ ਹੋਣ ਤੋਂ ਪਹਿਲਾਂ ਬਜ਼ਰ ਦੱਬ ਚੁੱਕੇ ਹੋ। ਆਪਸ਼ਨ ਤੇ ਨਹੀਂ, ਇਹ ਮੇਰਾ ਹਾਲੇ ਡਾਇਲੋਗ ਪੂਰਾ ਨਹੀਂ ਹੋਇਆ ਸੀਗਾ। ਅੱਛਾ, ਮੈਨੂੰ ਲੱਗਿਆ ਕਿਤੇ ਹੋ ਗਿਆ ਪੂਰਾ। ਸਿਰਫ ਇਹ ਡਾਇਲੋਗ ਪੂਰਾ ਹੋਇਆ ਸੀਗਾ। ਅੱਗੇ ਸਵਾਲ ਪੂਰਾ, ਜਿਵੇਂ ਕਿ ਸਿਰਫ ਤੁਸੀਂ ਬਚੇ ਹੋ ਇਸ ਸਵਾਲ ਦਾ ਜਵਾਬ ਦੇਣ ਦੇ ਲਈ। ਦੁਬਾਰਾ ਰਿਪੀਟ ਕਰਾਂ ਮੈਂ ਸਵਾਲ? ਨਹੀਂ ਨਹੀਂ, ਆਪਸ਼ਨ ਦੇ ਦਿਓ। ਹਾਂ, ਇਹ ਡਾਇਲੋਗ ਕਿਹੜੀ ਮੂਵੀ ਦਾ ਬੇਸਿਕਲੀ? ਤੇ ਆਪਸ਼ਨ ਨੇ ਕਾਲਾ ਸ਼ਾਹ ਕਾਲਾ, ਕਿਸਮਤ ਜਾਂ ਮੋਹ। ਕਿਸਮਤ। ਸ਼ੋਰ? ਕਿਸਮਤ। ਜੇ ਮੋਹ ਕਹਿੰਦੇ ਤਾਂ ਗਲਤ ਹੁੰਦਾ। ਬਿਲਕੁਲ ਸਹੀ ਜਵਾਬ, ਕਿਸਮਤ। 10 ਪੁਆਇੰਟਸ, ਵੈਰੀ ਗੁੱਡ। ਅਗਲਾ ਸਵਾਲ, ਹਾਂਜੀ, ਨੀਰੂ ਬਾਜਵਾ ਦੀ ਡੈਬਿਊ ਪੰਜਾਬੀ ਮੂਵੀ ਕਿਹੜੀ ਸੀ? ਤੇ ਤੁਹਾਡੇ ਆਪਸ਼ਨਸ ਨੇ, ਹਾਲੇ ਜਿਵੇਂ ਕਿ ਬਜ਼ਰ ਕਿਸੇ ਨੇ ਵੀ ਨਹੀਂ ਦੱਬਿਆ, ਤੁਹਾਡੇ ਆਪਸ਼ਨਸ ਨੇ ਜਿਹਨੇ ਮੇਰਾ ਦਿਲ ਲੁੱਟਿਆ, ਆ ਸਾਨੂੰ ਮਾਣ ਮਤਨਾ ਦਾ, ਜਾਂ ਦਿਲ ਆਪਣਾ ਪੰਜਾਬੀ, ਜਿਵੇਂ ਕਿ ਪਹਿਲਾਂ ਬਜ਼ਰ ਤੁਸੀਂ ਦੱਬਿਆ। ਸਭ ਤੋਂ ਪਹਿਲਾਂ ਜਵਾਬ ਤੁਸੀਂ ਦਿਓ, ਉੱਚੀ ਦੇਣੇ। ਆਪਸ਼ਨਸ ਦੱਸਿਓ। ਜਿਹਨੇ ਮੇਰਾ ਦਿਲ ਲੁੱਟਿਆ, ਆ ਸਾਨੂੰ ਮਾਣ ਮਤਨਾ ਦਾ, ਜਾਂ ਦਿਲ ਆਪਣਾ ਪੰਜਾਬੀ। ਫਿਰ ਤੁੱਕਾ ਲੱਗ ਗਈ ਹੈ। ਦਿਲ ਆਪਣਾ ਪੰਜਾਬੀ। ਨਹੀਂ ਨਹੀਂ, ਆ ਸਾਨੂੰ ਮਾਣ ਮਤਨਾ। ਨਹੀਂ, ਇਹ ਪਹਿਲਾਂ ਹੁਣ ਬੋਲਤਾ। ਪਹਿਲਾਂ ਤੁਸੀਂ ਕਿਹਾ ਦਿਲ ਆਪਣਾ ਪੰਜਾਬੀ, ਜੋ ਕਿ ਬਿਲਕੁਲ ਗਲਤ ਹੈ। ਤੁਸੀਂ ਜਵਾਬ ਦਿਓ। ਆ ਤੇ ਹੁਣ ਪਤਾ ਲੱਗ ਗਿਆ ਸੀਗਾ, ਮੈਂ ਦੂਜੀ ਵਾਰ ਕਹਿਤਾ ਸੀ ਸਾਨੂੰ ਮਾਣ ਵਤਨਾ। ਉਹ ਵੀ ਠੀਕ ਦਾ, ਉਹ ਵੀ ਗਲਤ ਹੁੰਦਾ। ਹਾਂ ਨਾ ਨਾ, ਉਹ ਮੈਨੂੰ ਫਿਰ ਆ ਗਿਆ ਸੀਗਾ ਮਾਈਂਡ 'ਚ ਵੀ ਉਹ। ਨਹੀਂ ਨਹੀਂ, ਪਰ ਰੋਂਡੀ ਨਹੀਂ ਬਿੱਟੀ, ਜਿਹੜਾ ਤੁਸੀਂ ਪਹਿਲਾਂ ਉਹ ਲਫ਼ਜ਼ ਕੱਢਤਾ ਉਹੀ। ਹਾਂ, ਉਹ ਹੀ ਫਾਈਨਲ ਮੰਨਿਆ ਜਾਂਦਾ, ਉਹ ਤੇ ਹੀ ਟਿੱਕ ਲੱਗੀ ਬਸ। ਤੇ ਇਸੇ ਦੇ ਨਾਲ ਹੀ ਤੁਸੀਂ ਸਹੀ ਜਵਾਬ ਦਿੱਤਾ। 10 ਪੁਆਇੰਟਸ, ਵੈਰੀ ਗੁੱਡ। ਹੁਣ ਬਣਿਆ ਮੁਕਾਬਲਾ, ਤੇ ਇਸੇ ਦੇ ਨਾਲ ਹੀ ਇਹ ਰਿਹਾ ਤੁਹਾਡਾ ਇਸ ਰਾਊਂਡ ਦਾ ਲਾਸਟ ਸਵਾਲ। ਫਿਰ ਤੋਂ ਸਕਰੀਨ 'ਤੇ, ਇੱਥੇ ਤੁਹਾਨੂੰ ਸਕਰੀਨ 'ਤੇ ਇੱਕ ਆਰਟਿਸਟ ਦੀ ਫੋਟੋ ਦਿਖਾਈ ਜਾਊਗੀ, ਅਤੇ ਤੁਸੀਂ ਉਹਦੇ 5 ਗਾਣੇ ਦੱਸਣੇ ਨੇ 30 ਸੈਕਿੰਡ ਦੇ ਵਿੱਚ ਵਿੱਚ। ਪਰੀ ਜੀ ਪਹਿਲਾਂ ਹੀ ਟੈਨਸ਼ਨ 'ਚ ਆ ਚੁੱਕੇ ਨੇ, ਮੱਥੇ ਦੀਆਂ ਤਿਉੜੀਆਂ ਅਤੇ ਫੇਸ ਐਕਸਪ੍ਰੈਸ਼ਨ ਦੱਸ ਰਹੇ ਨੇ, ਅਤੇ ਉਹ ਆਰਟਿਸਟ ਨੇ। ਹਾਂਜੀ, ਤੁਹਾਡਾ ਟਾਈਮ ਸ਼ੁਰੂ ਹੁੰਦਾ ਨਾ। ਕਿਸਮਤ, ਜ਼ਿੰਦਾਬਾਦ ਆ ਰਹੀਆਂ, ਸਰਦਾਰ ਮੁੰਡੇ ਜਿਹੜਾ ਨਵਾਂ ਲੇਟੈਸਟ ਆਇਆ, ਅਤੇ ਚੰਡੀਗੜ੍ਹ। ਜਾ ਚੁੱਕੇ ਹੈ 10 ਨੰਬਰ, ਤੇ ਇਸੇ ਦੇ ਨਾਲ ਹੀ ਇਹ ਰਾਊਂਡ ਖਤਮ ਹੋ ਚੁੱਕਿਆ, ਜੋ ਕਿ ਬੜਾ ਅੱਛਾ ਲੱਗਿਆ। ਰਿਲੈਕਸ ਮਹਿਸੂਸ ਹੋ ਰਿਹਾ ਮਾੜਾ ਮੋਟਾ? ਹਾਂਜੀ, ਥੋੜੀ ਜਿਹੀ ਜੰਗ ਰਹਿ ਗਈ ਬਸ, ਥੋੜੀ ਜਿਹੀ। ਅੱਛਾ, ਪਰ ਇਹ ਮੂਵੀ ਕਰਨ ਤੋਂ ਬਾਅਦ ਕਿੰਨਾ ਚੇਂਜ ਆਇਆ ਤੁਹਾਡੇ 'ਚ? ਬਹੁਤ, ਕਾਫੀ ਆਇਆ। ਜਿਵੇਂ ਪਹਿਲਾਂ ਮੈਨੂੰ ਥੋੜ੍ਹੀ ਜਿਹੀ ਨਰਵਸਨੈਸ ਹੁੰਦੀ ਸੀਗੀ, ਹੁਣ ਥੋੜ੍ਹਾ ਜਿਹਾ ਸਹੀ ਹੋ ਗਿਆ। ਹੁਣ ਘੁਲਣਾ ਮਿਲਣਾ ਵੱਧ ਗਿਆ? ਹਾਂਜੀ, ਕਿਉਂਕਿ ਜਿੰਨਾ ਟਾਈਮ ਆਪਾਂ ਕਿਸੇ ਨਾਲ ਗੱਲਾਂ ਨਹੀਂ ਕਰਦੇ ਜਾਂ ਕਿਸੇ ਨਾਲ ਮਿਲਦੇ ਜੁਲਦੇ ਨਹੀਂ, ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਮੂਰਲਾ ਬੰਦਾ ਕਿਵੇਂ ਦਾ ਆ, ਅਤੇ ਫਿਰ ਉਹਦੇ ਨਾਲ ਜਦੋਂ ਆਪਾਂ ਗੱਲਾਂ ਬਾਤਾਂ ਕਰ ਲੈਂਦੇ ਹਾਂ ਫਿਰ ਸਹੀ ਹੋ ਜਾਂਦਾ। ਤੁਸੀਂ ਦੇਖਿਆ, ਤੁਹਾਨੂੰ ਲੱਗਦਾ ਇਹਨਾਂ 'ਚ ਚੇਂਜ ਆਇਆ ਮਾੜਾ ਮੋਟਾ? ਹਾਂਜੀ, ਇੰਨਾ ਕੀ ਘੱਟ ਬੋਲਦੇ ਨੇ?
ਨਹੀਂ ਮੂਵੀ ਤੋਂ ਬਾਅਦ ਕਾਫੀ ਚੇਂਜ ਆਇਆ ਪਹਿਲਾਂ ਤਾਂ ਜਮਾਂ ਹੀ ਬੋਲਦੀ ਨਹੀਂ ਸੀ ਬੁਲਾਉਣਾ ਪੈਂਦਾ ਸੀਗਾ ਤਾਂ ਵੀ ਸਿਰ ਹਿਲਾਉਣਾ ਵੀ ਹਾਂਜੀ ਠੀਕ ਹੈ ਗੱਲ ਖਤਮ ਅੱਛਾ ਅਰਮਾਨ ਜੀ ਤੁਹਾਡੇ ਲਈ ਹੈ ਮੈਂ ਜਾਣਨਾ ਚਾਹੁੰਦੀ ਹਾਂ ਕਿ ਤੁਹਾਨੂੰ ਹੁਣ ਤੱਕ ਦਾ ਸਭ ਤੋਂ ਬੈਸਟ ਕੰਪਲੀਮੈਂਟ ਕਿਹੜਾ ਮਿਲਿਆ ਸਭ ਤੋਂ ਬੈਸਟ ਕੰਪਲੀਮੈਂਟ ਮੈਨੂੰ ਬੈਸਟ ਮੈਂ ਇੱਕ ਨਹੀਂ ਕਹਿ ਸਕਦਾ ਵੀ ਤਿੰਨ ਚਾਰ ਮਿਲੇ ਇੱਕ ਤਾਂ ਸਭ ਤੋਂ ਵੀ ਇਹ ਮਿਲਿਆ ਵੀ ਹਾਂ ਮੇਰੀ ਜਿਹੜੀ ਵੋਇਸ ਉਹ ਪਾਪਾ ਨਾਲ ਕਾਫੀ ਸਿਮਿਲਰ ਆ ਵੀ ਉਹਨੂੰ ਮੈਂ ਸਭ ਤੋਂ ਮੀਨਜ਼ ਆਪਣੇ ਲਈ ਸਪੈਸ਼ਲ ਕੰਪਲੀਮੈਂਟ ਮੰਨਦਾ ਹਾਂ ਅਤੇ ਇੱਕ ਵੀ ਲੁੱਕ ਵਾਈਜ਼ ਜਾਂ ਫਿਰ ਮੇਰੇ ਗੱਲ ਕਰਨ ਦਾ ਵੇ ਵੀ ਇੱਕ ਲਿਸਪਿਆ ਆਉਂਦਾ ਮੇਰੇ ਬੋਲਣ ਦੇ ਵਿੱਚ ਸੱਸੇ ਦਾ ਤਾਂ ਉਹ ਫਿਟਕੀ ਵੱਜਦੀ ਆ ਤਾਂ ਉਹ ਪਾਪਾ ਦੇ ਵੀ ਸੇਮ ਸੀ ਤਾਂ ਮੇਰੇ ਤੁਰਨ ਦਾ ਸਟਾਈਲ ਵੀ ਮੇਰੇ ਤੋਂ ਪੈਰ ਚੱਕ ਚੱਕ ਕੇ ਨਹੀਂ ਤੁਰ ਹੁੰਦਾ ਵੀ ਅੱਡੀਆਂ ਜਾਂ ਨਹੀਂ ਘਸਰਾ ਕੇ ਤੁਰਦੇ ਉਹ ਵੀ ਵਧੀਆ ਲੱਗਦਾ ਵੀ ਜਦ ਉਹ ਕਹਿੰਦੇ ਆ ਵੀ ਹਾਂ ਤੇਰੇ ਪਾਪਾ 'ਚ ਵੀ ਇਹ ਸਿਮਿਲੈਰਿਟੀ ਸੀਗੀ ਵੀ ਤੁਹਾਡੇ ਦੋਵਾਂ 'ਚ ਕਾਫੀ ਸਿਮਿਲੈਰਿਟੀਜ਼ ਨੇ ਅਤੇ ਇਹ ਤਾਂ ਮੈਂ ਵੀ ਦੇਖ ਰਹੀ ਸੀ ਜਦੋਂ ਮੈਂ ਤੁਹਾਡੇ ਗਾਣੇ ਸੁਣੇ ਤਾਂ ਤੁਹਾਡੀ ਆਵਾਜ਼ ਮੈਂ ਨੀਚੇ ਕਮੈਂਟਸ ਵੀ ਪੜ੍ਹ ਰਹੀ ਸੀ ਤਾਂ ਮੈਜੋਰਿਟੀ ਆਫ ਕਮੈਂਟਸ ਇਹੀ ਸੀ ਕਿ ਬਈ ਜਮਾਂ ਹੀ ਤੁਹਾਡੀ ਆਵਾਜ਼ ਸੁਣ ਕੇ ਉਹਨਾਂ ਦੀ ਯਾਦ ਆਉਂਦੀ ਹੈ ਕਿ ਜਿਵੇਂ ਕੁਲਵਿੰਦਰ ਢਿੱਲੋਂ ਜੀ ਖੁਦ ਗਾ ਰਹੇ ਹੋ ਅਤੇ ਬਹੁਤ ਅੱਛਾ ਲੱਗਿਆ ਕਿ ਸਾਨੂੰ ਮੁੜ ਤੋਂ ਇੱਕ ਉੱਦਾਂ ਦੇ ਆਰਟਿਸਟ ਮਿਲੇ ਨੇ ਸਾਡੀ ਇੰਡਸਟਰੀ ਨੂੰ ਅਤੇ ਹੁਣ ਆਪਾਂ ਤੁਹਾਡੇ ਗਾਣੇ ਦੀ ਗੱਲ ਕਰ ਲਈਏ ਕਾਊਂਟਲੈਸ ਜੋ ਕਿ ਬਹੁਤ ਪਿਆਰਾ ਸੌਂਗ ਹੈ ਅਤੇ ਮੈਂ ਚਾਹੁੰਦੀ ਹਾਂ ਕਿ ਇਸ ਰਾਊਂਡ ਦੇ ਪੁਆਇੰਟਸ ਜਾਣਨ ਤੋਂ ਪਹਿਲਾਂ ਤੁਸੀਂ ਦੋ ਦੋ ਲਾਈਨਾਂ ਉਹਦੀਆਂ ਫਰਮਾ ਦਿਓ ਚੱਕ ਦੋ ਫੱਟੇ ਹੋ ਤੇਰੀ ਫੋਟੋ ਦੇਖ ਗੀਤ ਗਾਉਣੀਆਂ ਵੇ ਫੋਟੋ ਦੇਖ ਗੀਤ ਗਾਉਣੀਆਂ ਵੇ ਕਾਹਨੂੰ ਜੱਟਾ ਡਾਊਟ ਕਰਦਾ ਵੇ ਤੈਨੂੰ ਕਾਊਂਟਲੈਸ ਦਿਲੋਂ ਚਾਹੁੰਦੀਆਂ ਵੇ ਕਾਹਨੂੰ ਜੱਟਾ ਡਾਊਟ ਕਰਦਾ ਵੇ ਤੈਨੂੰ ਕਾਊਂਟਲੈਸ ਦਿਲੋਂ ਚਾਹੁੰਦੀਆਂ ਹੋ ਬੈਂਸ ਬੈਂਸ ਅੰਬਰਾਂ ਦੀ ਹਿੱਕ ਨਾਪਦਾ ਗਾਣੇ ਗੁਣੇ ਲਿਖਣੇ ਦਾ ਸ਼ੌਂਕ ਜਾਪਦਾ ਖਾਧੀ ਨਹੀਂ ਉਹ ਕਿਸੇ ਨਾਲ ਖਾਰ ਸੁਣਿਆ ਚਮਕਦੇ ਜੱਟ ਦੇ ਸਟਾਰ ਸੁਣਿਆ ਤਾਂ ਹੀ ਗੁੱਡੀ ਚੜੀ ਦੇਖ ਲੈ ਨੀ ਤਾਂ ਹੀ ਗੁੱਡੀ ਚੜੀ ਦੇਖ ਲੈ ਹੋ ਸ਼ੌਹਰ ਤੇ ਅਨੌਕ ਕਰਦੀ ਨੀ ਸਾਡੇ ਬੂਹੇ ਅੱਗੇ ਖੜੀ ਦੇਖ ਲੈ ਨੀ ਸ਼ੌਹਰ ਤੇ ਅਨੌਕ ਕਰਦੀ ਨੀ ਸਾਡੇ ਬੂਹੇ ਅੱਗੇ ਖੜੀ ਦੇਖ ਲੈ ਕਿਆ ਬਾਤ ਹੈ ਜੀ ਬਹੁਤ ਖੂਬ ਹੁਣ ਹੈ ਲਾਸਟ ਰਾਊਂਡ ਜਿਹਦਾ ਨਾਮ ਹੈ ਜੈਕਪੋਟ ਰਾਊਂਡ ਇਹ ਸਭ ਤੋਂ ਫੇਵਰੇਟ ਰਾਊਂਡ ਹੈ ਮਤਲਬ ਇੱਥੇ ਪਾਸੇ ਪਲਟਣ ਵਾਲੇ ਆ ਇਸ ਰਾਊਂਡ 'ਚ ਟੋਟਲ ਚਾਰ ਸਵਾਲ ਹੋਣਗੇ ਚਾਰੋਂ ਸਵਾਲ ਸਕਰੀਨ 'ਤੇ ਹੋਣਗੇ ਅਤੇ ਇਹਦੇ 'ਚ ਹਰ ਸਹੀ ਜਵਾਬ 'ਤੇ ਤੁਹਾਨੂੰ 20 ਪੁਆਇੰਟਸ ਮਿਲਣਗੇ ਸਿੱਧਾ ਸਿੱਧਾ ਠੀਕ ਹੈ ਜੀ ਅਤੇ ਸ਼ੁਰੂ ਕਰਦੇ ਹਾਂ ਹਾਂਜੀ ਸਵਾਲ ਤੁਹਾਡਾ ਪਹਿਲਾ ਸਵਾਲ ਸਕਰੀਨ 'ਤੇ ਤੁਹਾਨੂੰ ਇੱਕ ਆਡੀਓ ਸੁਣਾਈ ਜਾਊਗੀ ਅਤੇ ਤੁਸੀਂ ਉਹ ਪਰਸਨੈਲਿਟੀ ਗੈਸ ਕਰਨੀ ਹੈ ਕਿ ਉਹ ਆਵਾਜ਼ ਕਿਹਦੀ ਹੈ ਅਤੇ ਇਹਦੇ ਲਈ ਵੀ ਤੁਹਾਨੂੰ 30 ਸੈਕਿੰਡ ਦਾ ਟਾਈਮ ਮਿਲੇਗਾ ਅਤੇ ਉਹ ਆਡੀਓ ਹੈ ਜ਼ਿਆਦਾਤਰ ਤਾਂ ਕੰਪਲੀਮੈਂਟ ਹੀ ਮਿਲਦਾ ਕੱਲ੍ਹ ਵੀ ਜਿਹੜਾ ਨੇ ਗੈਸ ਕਿਹਾ ਕਿ ਜਗਦੀਪ ਅਗਲਾ ਸਵਾਲ ਇੱਥੇ ਤੁਹਾਨੂੰ ਇੱਕ ਸੌਂਗ ਦਾ ਸਕਰੀਨਸ਼ਾਟ ਦਿਖਾਇਆ ਜਾਊਗਾ ਤੇ ਤੁਸੀਂ ਉਹ ਸੌਂਗ ਗੈਸ ਕਰਨਾ ਕਿ ਕਿਹੜਾ ਸੌਂਗ ਹੈ ਠੀਕ ਹੈ ਜੀ ਇਹਦੇ ਲਈ ਵੀ ਤੁਹਾਨੂੰ ਸੇਮ ਹੈ 30 ਸੈਕਿੰਡ ਦਾ ਟਾਈਮ ਮਿਲੂਗਾ ਤੇ ਉਹ ਸੌਂਗ ਦਾ ਸਕਰੀਨਸ਼ਾਟ ਹੈ ਹਾਂਜੀ ਸਭ ਤੋਂ ਪਹਿਲਾਂ ਬਜ਼ਰ ਕਿਹਨੇ ਦੱਬਿਆ ਸੀ ਮੈਂ ਦੱਬਿਆ ਹਾਂਜੀ ਤੀਜੇ ਵੀਕ ਬਿਲਕੁਲ ਸਹੀ ਜਵਾਬ ਤੇ 20 ਪੁਆਇੰਟਸ ਫੇਰ ਤੋਂ ਲੈ ਕੇ ਜਾ ਚੁੱਕੇ ਨੇ ਹੁਣ ਪੂਰੀਆਂ ਰੇਸਾਂ ਦੇ ਰੱਖੀਆਂ ਨੇ ਇਹਨਾਂ ਨੇ ਪੁਆਇੰਟਸ ਦੇ ਮਾਮਲੇ 'ਚ ਵੈਰੀ ਗੁੱਡ ਤੇ ਇਹ ਰਿਹਾ ਤੁਹਾਡਾ ਅਗਲਾ ਤੀਸਰਾ ਸਵਾਲ ਇਹਦੇ 'ਚ ਤੁਹਾਨੂੰ ਇੱਕ ਮੂਵੀ ਦਾ ਨਾਮ ਦਿਖਾਇਆ ਜਾਊਗਾ ਉਲਟ ਪੁਲਟ ਕਰਕੇ ਤੇ ਤੁਸੀਂ ਉਹ ਮੂਵੀ ਗੈਸ ਕਰਨੀ ਹੈ ਕਿ ਉਹ ਸਹੀ ਮੂਵੀ ਕਿਹੜੀ ਹੈ ਠੀਕ ਹੈ ਜੀ ਤੇ ਉਹ ਮੂਵੀ ਹੈ ਇੱਕ ਮਿੰਟ ਮੈਂ ਟਾਈਮਰ ਲਗਾਵਾਂ ਤੇ ਉਹ ਮੂਵੀ ਹੈ ਛੇਤੀ ਛੇਤੀ ਜਿਹੜੀ ਬਜ਼ਰ ਦੱਬਣਾ ਪੈਣਾ ਉਹਦੇ ਲਈ ਦੱਸਣ ਲਈ ਸੁਰਖੀ ਬਿੰਦੀ ਬਿਲਕੁਲ ਸਹੀ ਜਵਾਬ ਵੈਰੀ ਗੁੱਡ ਸੁਰਖੀ ਬਿੰਦੀ ਵੈਰੀ ਗੁੱਡ 20 ਪੁਆਇੰਟਸ ਫੇਰ ਤੋਂ ਲੈ ਗਏ ਤੇ ਹੁਣ ਬਚਿਆ ਸਿਰਫ ਇੱਕ ਸਵਾਲ ਦਾ ਫਾਸਲਾ ਇਹਦੇ 'ਚ ਤੁਹਾਨੂੰ ਇੱਕ ਮੂਵੀ ਦਾ ਸਕਰੀਨਸ਼ਾਟ ਦਿਖਾਇਆ ਜਾਊਗਾ ਤੇ ਤੁਸੀਂ ਉਹ ਮੂਵੀ ਗੈਸ ਕਰਨੀ ਹੈ ਕਿ ਕਿਹੜੀ ਮੂਵੀ ਹੈ ਠੀਕ ਹੈ ਜੀ ਤੇ ਉਹ ਮੂਵੀ ਦਾ ਸਕਰੀਨਸ਼ਾਟ ਹੈ ਹਾਂਜੀ ਇਹ ਗੁਰੀ ਦੀ ਜਿਹੜੀ ਹੁਣੇ ਆਈ ਮੂਵੀ ਇਹ ਕਿਹੜੀ ਸੀ ਮੈਨੂੰ ਨਾਮ ਚੇਤਾ ਭੁੱਲ ਗਿਆ ਹੁਣ ਹਥਿਆਰਾਂ ਤੇ ਹੈ ਬੇਸਿਕਲੀ ਹਾਂਜੀ ਹਾਂਜੀ ਵੀ ਮੈਨੂੰ ਇਹਦਾ ਸੀਨ ਵੀ ਯਾਦ ਆ ਇਹ ਹੈਗੀ ਆ
ਤੂਫਾਨ ਬਿਲਕੁਲ ਸਹੀ ਵੈਰੀ ਗੁੱਡ ਵੈਰੀ ਗੁੱਡ ਥੋੜਾ ਜਿਹਾ ਬਸ ਮੈਨੂੰ ਆ ਸੀਨ ਯਾਦ ਆ ਗਿਆ ਸੀਗਾ ਨਾਮ ਨਹੀਂ ਯਾਦ ਆਇਆ ਵੈਰੀ ਗੁੱਡ 20 ਪੁਆਇੰਟਸ ਹੋਰ ਲੈ ਗਏ ਨੇ ਬਈ ਆ ਰਾਉਂਡ ਚ ਸਪੀਡਾਂ ਖਿੱਚੀਆਂ ਜਿਹੜੀਆਂ ਇਹਨਾਂ ਨੇ ਵਾਹ ਤੇ ਹਲੇ ਪਰ ਮੈਂ ਇਸ ਰਾਉਂਡ ਦੇ ਜਿਹੜਾ ਹੈ ਅਨਾਉਂਸ ਨਹੀਂ ਕਰਨੇ ਪੁਆਇੰਟਸ ਮੈਂ ਤਾਂ ਜਗ ਜਾਹਰ ਹੈ ਰਿਜ਼ਲਟ ਉਹ ਤੋਂ ਪਹਿਲਾਂ ਮੈਂ ਤੁਹਾਨੂੰ ਚਾਹੁੰਦੀ ਹਾਂ ਕਿ ਇੱਕ ਇੱਕ ਗਾਣਾ ਤੁਹਾਡੇ ਤੋਂ ਮੈਂ ਸੁਣ ਲਵਾਂ ਤੁਹਾਡਾ ਤੁਹਾਡੀ ਜਿਹੜੀ ਈ ਪੀ ਆਈ ਹੈ ਲੈਗਸੀ ਉਹਦੇ 'ਚੋਂ ਮੈਨੂੰ ਬਹੁਤ ਜ਼ਿਆਦਾ ਜਿਹੜਾ ਪਸੰਦ ਹੈ ਉਹ ਹੈ ਸਟਰੀਟ ਫਲੋ ਉਹਦੀਆਂ ਦੋ ਲਾਈਨਾਂ ਹੋ ਜਾਣ ਹਾਂਜੀ ਜ਼ਰੂਰ ਜੀ ਤੇਰੀ ਅੱਖ ਦੇ ਪੱਟੇ ਮੁਟਿਆਰੇ ਜੱਟਾਂ ਦੇ ਪੁੱਤ ਸੋਫੀ ਹੋ ਗਏ ਬੱਲੀਏ ਨੀ ਛੱਡ ਖੈੜਾ ਨੀ ਛੱਡ ਖੈੜਾ ਐਲੇ ਦਾਨੀ ਪਿੰਡ ਚੱਲੀਏ ਹੋ ਪਾਉਣੀਏ ਪਰਾਡਾ ਕਰੇ ਫੈਸ਼ਨ ਵੀ ਡਾਡਾ ਉਤੋਂ ਦੋ ਟਾਈਮ ਜਾਵੇਂ ਜਿਮ ਨਿੱਤ ਨੀ ਹੁੰਦੇ ਜੱਟ ਫਿਰ ਰੈਫਲਾਂ ਤੇ ਜਾ ਫਿਰ ਮਹਿਫਲਾਂ ਤੇ ਦਾਰੂ ਜੱਟ ਦੀ ਛੜਾ ਦੇ ਹੋ ਜੂ ਫਿੱਟ ਨੀ ਕੀ ਬਾਤ ਹੈ ਤੇ ਪਰੀ ਤੁਹਾਡਾ ਜਿਹੜਾ ਮਲਵੈਣ ਗਾਣਾ ਹੈ ਮੈਂ ਉਹ ਦੂਸਰਾ ਸੁਣਾ ਸਕਦੀ ਹਾਂ ਹਾਂਜੀ ਬਿਲਕੁਲ ਦੱਸੋ ਕਿ ਇਨ ਲਾਜ਼ ਹਾਂ ਉਹ ਵੀ ਤੇਰੇ ਨਾਲ ਵਟਾਈਆਂ ਕੀ ਮੈਂ ਛੱਲੇ ਮੁੰਦੀਆਂ ਕਾਲਜ ਦੇ ਵਿੱਚ ਚੰਨਾ ਗੱਲਾਂ ਹੁੰਦੀਆਂ ਟੌਰ ਜਿਹੀ ਕੱਢ ਕੇ ਮੈਂ ਆਉਣ ਲੱਗ ਪਈ ਕੁੜੀਆਂ 'ਚ ਨੰਬਰ ਬਣਾਉਣ ਲੱਗ ਪਈ ਆ ਤਾਂ ਗੱਲ ਪੱਕੀ ਆ ਜ਼ਰੂਰ ਚੰਨ ਜੀ ਮੈਂ ਹੀ ਤੇਰੀ ਬਣੋ ਦੇਖੀ ਹੋਰ ਚੰਨ ਜੀ ਮੈਂ ਤਾਂ ਹੀ ਸਹੁਰੇ ਮੇਰੇ ਹੋਣੇ ਸੰਗਰੂਰ ਚੰਨ ਜੀ ਸਹੁਰੇ ਮੇਰੇ ਹੋਣੇ ਸੰਗਰੂਰ ਚੰਨ ਜੀ ਪੇਕਿਆਂ ਤੋਂ ਪੈਣਾ ਪਾਵੇਂ ਦੂਰ ਚੰਨ ਜੀ ਪੇਕਿਆਂ ਤੋਂ ਪੈਣਾ ਪਾਵੇਂ ਦੂਰ ਚੰਨ ਜੀ ਵੇ ਪਰ ਸਹੁਰੇ ਮੇਰੇ ਹੋਣੇ ਸੰਗਰੂਰ ਚੰਨ ਜੀ ਸਹੁਰੇ ਮੇਰੇ ਹੋਣੇ ਸੰਗਰੂਰ ਚੰਨ ਜੀ ਕੀ ਬਾਤ ਹੈ ਵਾਹ 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 ਮਜ਼ਾ ਜਦੋਂ ਸਿੰਗਰ ਆਰਟਿਸਟ ਆਉਂਦੇ ਨਾ ਉਦੋਂ ਇੱਥੇ ਅਲੱਗ ਹੀ ਮੇਲਾ ਫੱਬਦਾ ਮੈਨੂੰ ਆਰਾਮ ਨਾਲ ਮੈਂ ਆਪਦੀਆਂ ਰੀਝਾਂ ਪੂਰੀਆਂ ਕਰਵਾ ਸਕਦੀ ਜਿੰਨੇ ਮਰਜ਼ੀ ਗਾਣੇ ਹੋਣ ਮੈਂ ਸੁਣ ਸਕਦੀ ਹਾਂ ਕੀ ਬਾਤ ਹੈ ਅਲੱਗ ਹੀ ਟਾਈਪ ਦਾ ਫੀਲ ਹੈ ਅਤੇ ਹੁਣ ਇਸ ਫੀਲ ਨੂੰ ਥੋੜ੍ਹਾ ਮੈਂ ਠੰਡਾ ਰੱਖ ਕੇ ਪੁਆਇੰਟਸ ਅਨਾਊਂਸ ਕਰਨ ਤੋਂ ਪਹਿਲਾਂ ਤੁਹਾਨੂੰ ਦੋਹਾਂ ਨੂੰ ਮੇਰੇ ਕੋਲ ਇਨਵਾਈਟ ਕਰਨਾ ਚਾਹੁੰਦੀ ਹਾਂ ਫਿਰ ਹੀ ਮੈਂ ਦੱਸੂੰਗੀ ਨਾ ਪ੍ਰੋਪਰ ਸਸਪੈਂਸ ਦੇ ਨਾਲ ਅਤੇ ਸਾਡੇ ਅੱਜ ਦੇ ਇਸ ਸ਼ੋਅ ਦੇ ਵਿਨਰ ਨੇ ਤੁਹਾਨੂੰ ਕੌਣ ਲੱਗਦਾ ਦੱਸਦਾ ਸਾਡੇ ਅੱਜ ਦੇ ਇਸ ਸ਼ੋਅ ਦੇ ਵਿਨਰ ਨੇ ਅਰਮਾਨ ਢਿੱਲੋ ਵਿਦ 145 ਪੁਆਇੰਟਸ ਵੈਰੀ ਗੁੱਡ ਤੇ ਪਰੀ ਜੀ ਤੁਹਾਨੂੰ ਮਿਲਦੇ ਨੇ 85 ਪੁਆਇੰਟਸ ਬਹੁਤ ਸੋਹਣਾ ਖੇਡੇ ਤੇ ਹੁਣ ਜਿਹੜੀ ਕਿ ਜਿਹਦੇ ਲਈ ਇਹ ਸਾਰੀ ਜੰਗ ਹੋ ਰਹੀ ਸੀ ਤੇ ਇਹ ਲਓ ਜੀ ਤੁਹਾਡੀ ਅਮਾਨਤ ਇਹ ਵੈਸੇ ਹਾਲੇ ਬਹੁਤ ਭਾਰੀ ਹੈ ਪਰ ਇਹ ਤੋਂ ਪਹਿਲਾਂ ਮੈਂ ਚਾਹੁੰਦੀ ਹਾਂ ਫੜ ਸਕਦੇ ਤੁਸੀਂ ਵੀ ਪਰੀ ਜੀ ਉਹ ਤੋਂ ਪਹਿਲਾਂ ਮੈਂ ਚਾਹੂੰਗੀ ਇਹਨੂੰ ਆਪਾਂ ਸਾਈਡ 'ਤੇ ਰੱਖ ਦਈਏ ਹਾਂਜੀ ਮੈਂ ਫੜ ਲੈਂਦੀ ਹਾਂ ਤੁਹਾਡੀ ਇੱਕ ਵਿਨਰ ਸਪੀਚ ਹੋ ਜਾਏ ਕਿਵੇਂ ਲੱਗਿਆ ਜਿੱਤ ਕੇ ਖੇਡ ਕੇ ਸਪੈਸ਼ਲੀ ਬਹੁਤ ਵਧੀਆ ਲੱਗਿਆ ਪਹਿਲੀ ਵਾਰ ਇਹ ਗੇਮ ਟਰਾਈ ਕੀਤੀ ਆ ਅਤੇ ਮੈਨੂੰ ਤਾਂ ਲੱਗਦਾ ਸੀ ਵੀ ਜਿਹੜੇ ਹਿਸਾਬ ਨਾਲ ਪਰੀ ਨੇ ਰਿਸਰਚ ਕੀਤੀ ਆ ਵੀ ਇਹ ਜਿੱਤੂਗੀ ਕਿਉਂਕਿ ਅਸੀਂ ਜਦ ਆਉਂਦੇ ਸੀਗੇ ਗੱਡੀ 'ਚ ਇਹਨੂੰ ਵੀ ਟ੍ਰੈਫਿਕ 'ਚ ਰੁਕੇ ਸੀਗੇ ਇਹਨੇ ਇਕੱਲੇ ਇਕੱਲੇ ਦਾ ਸਵਾਲ ਪੁੱਛ ਕੇ ਮੈਨੂੰ ਰੂਬਲ ਨੂੰ ਭਾਬੀ ਜੀ ਨੂੰ ਵੀ ਅਲੱਗ ਅਲੱਗ ਸਵਾਲ ਉਹਨਾਂ ਤਾਂ ਲੱਗਿਆ ਸੀ ਮੈਂ ਕਿ ਇਹੀ ਜਿੱਤੂਗੀ ਅੱਜ ਬਹੁਤ ਵਧੀਆ ਲੱਗਿਆ ਜਿੱਤ ਕੇ ਪਰ ਫੱਟੇ ਤੁਸੀਂ ਚੱਕਦੇ ਹੈ ਪਰ ਕੋਈ ਗੱਲ ਨਹੀਂ ਬਾਜ਼ੀ ਮਾਰ ਕੇ ਜਿੱਤ ਹਾਰ ਤੱਕ ਹੀ ਪਰੀ ਤੁਹਾਨੂੰ ਕਿਵੇਂ ਲੱਗਿਆ ਬਹੁਤ ਵਧੀਆ ਬਈ ਮੈਂ ਇੰਨਾ ਬੋਲ ਕੇ ਤੁਹਾਨੂੰ ਮੈਨੂੰ ਅੱਛਾ ਲੱਗ ਰਿਹਾ ਕਿ ਬੋਲੇ ਤੁਸੀਂ ਤੁਹਾਡੇ ਮੂੰਹੋਂ ਲਫ਼ਜ਼ ਨਿਕਲੇ ਨੇ ਇਸ ਸ਼ੋਅ ਦੇ ਵਿੱਚ ਵਾਹ ਮਜ਼ਾ ਆ ਗਿਆ ਮੈਨੂੰ ਤਾਂ ਥੈਂਕ ਯੂ ਸੋ ਮਚ ਤੁਹਾਡੇ ਦੋਹਾਂ ਦਾ ਅਤੇ ਤੁਹਾਡਾ ਵੀ ਆਈ ਹੋਪ ਕਿ ਤੁਸੀਂ ਇਸ ਐਪੀਸੋਡ ਨੂੰ ਬਹੁਤ ਇੰਜੋਏ ਕੀਤਾ ਹੋਣਾ ਅਤੇ ਤੁਸੀਂ ਇਸੇ ਤਰ੍ਹਾਂ ਬਣੇ ਰਹੋ ਜੁੜੇ ਰਹੋ ਸਾਡੇ ਨਾਲ ਅਤੇ ਵੇਖਦੇ ਰਹੋ ਟਾਈਮ ਟਾਈਮ ਦੀ ਗੱਲ ਆਪਣੀਆਂ ਫੇਵਰੇਟ ਪੰਜਾਬੀ ਫਿਲਮਾਂ ਅਤੇ ਸ਼ੋਜ਼ ਵੇਖਣ ਲਈ ਸਬਸਕ੍ਰਾਈਬ ਕਰੋ ਪਿਟਾਰਾ ਦਾ ਅਫੀਸ਼ੀਅਲ YouTube ਚੈਨਲ ਤੇ ਪ੍ਰੈਸ ਕਰੋ ਬੈਲ ਆਈਕਨ ਕੋਈ ਵੀ ਲੇਟੈਸਟ ਅਪਡੇਟ ਮਿਸ ਨਾ ਕਰਨ ਲਈ।